ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਬਲਤੇਜ ਪੰਨੋ ਦੀ ਸਤਿ ਅਕਾਲ ਪ੍ਰਵਾਣ ਹੋਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਅਹਿਮ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਲੋਕ ਸਭਾ ਦੇ ਵਿੱਚ ਬਿਲ ਪੇਸ਼ ਕੀਤਾ ਗਿਆ 10% ਜਿਹੜਾ ਰਾਖਵਾ ਕਰਨ ਸਵਰਨ ਜਾਤਾ ਉੱਚ ਜਾਤਾ ਜਿਹੜੀਆਂ ਜਿਹੜੀਆਂ ਗਰੀਬੀ ਤਬਕੇ ਦੇ ਵਿੱਚ ਰਹਿ ਰਹੀਆਂ ਨੇ ਉਹਨਾਂ ਦੇ ਵਾਸਤੇ ਉਹ ਰਾਜ ਸਭਾ ਦੇ ਵਿੱਚ ਵੀ ਇਹਨੂੰ ਪਾਸ ਕਰ ਦਿੱਤਾ ਗਿਆ ਹੁਣ ਰਾਸ਼ਟਰਪਤੀ ਹੋਰਾਂ ਦੇ ਕੋਲੇ ਇਹ ਗਿਆ ਹੋਇਆ ਉਹਨਾਂ ਦੀ ਮੋਹਰ ਲੱਗਣ ਦੇ ਵਾਸਤੇ ਫਿਰ ਇਹ ਕਾਨੂੰਨ ਦਾ ਰੂਪ ਅਖਤਿਆਰ ਕਰੂਗਾ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਰਾਜ ਜਿਹੜੇ ਨੇ ਉਹਨਾਂ ਨੂੰ ਛੋਟ ਹੋਵੇਗੀ ਕਿ ਉਹ ਇਹਦੇ ਸਬੰਧੀ ਕਾਨੂੰਨ ਪਾਸ ਕਰਨਾ ਚਾਹੁੰਦੇ ਨੇ ਜਾਂ ਨਹੀਂ ਪਹਿਲਾਂ 50% ਤੱਕ ਜਿਹੜਾ ਦੀ 50% ਤੋਂ ਕੁਝ ਪਰਸੈਂਟ ਅੱਗੇ ਉਹ ਕਟ ਉਹ ਜਿਹੜਾ ਦੀ ਰਾਖਵਾ ਕਰਨ ਹੈ ਪਛੜੀਆਂ ਸ਼੍ਰੇਣੀਆਂ ਦੇ ਵਾਸਤੇ ਆਜ਼ਾਦੀ ਦੇ ਤੋਂ ਬਾਅਦ ਫੋਨ ਬਾਅਦ ਜਿਹੜਾ ਇਹ ਕੀਤਾ ਗਿਆ ਸੀ ਔਰ ਕੰਟੀਨਿਊਸ ਜਿਹੜਾ ਉਹ ਚੱਲਦਾ ਰਿਹਾ ਵਕਵਕ ਰਾਜਾਂ ਨੇ ਪਿਛਲੇ ਕੁਝ ਸਮੇਂ ਦੇ ਦੌਰਾਨ ਰਾਖਵਾ ਕਰਨ ਜਿਹੜਾ ਉੱਚ ਜਾਤਾਂ ਦੇ ਵਾਸਤੇ ਸੀਗਾ ਉਹ ਪਾਸ ਕੀਤਾ ਸਾਡਾ ਗੁਆਂਢੀ ਹਰਿਆਣਾ ਵੀ ਸ਼ਾਮਲ ਹੈ ਰਾਜਸਥਾਨ ਵੀ ਸ਼ਾਮਲ ਹੈ ਮਹਾਰਾਸ਼ਟਰ ਵੀ ਸ਼ਾਮਲ ਹੈ ਪਰ ਉਹਨਾਂ ਨੂੰ ਸਫਲਤਾ ਇਸ ਕਰਕੇ ਨਹੀਂ ਮਿਲੀ ਕਿਉਂਕਿ ਸੁਪਰੀਮ ਕੋਰਟ ਨੇ ਇਹ ਲਾਗੂ ਨਹੀਂ ਹੋਣ ਦਿੱਤਾ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਨੇ ਸਖਤ ਹੁਕਮ ਨੇ ਕਿ 50% ਤੋਂ ਉੱਪਰ ਜਿਹੜਾ ਪਾਸ ਨਹੀਂ ਕੀਤਾ ਜਾ ਸਕਦਾ ਰਾਖਮਕਰਨ ਇਹਨੂੰ ਹੋਰ ਨਹੀਂ ਵਧਾਇਆ ਜਾ ਸਕਦਾ ਇਹ ਇੱਕ ਵੱਡੀ ਗਲਿਚਸ ਜਿਹੜੀ ਗਲਿਚ ਹੋਊਗੀ ਕਿ ਕੀ ਇਹਦੇ ਵਿੱਚੋਂ ਜਿਹੜਾ ਨਿਕਲ ਸਕੂਗਾ ਕਿਉਂਕਿ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਇਹ ਚੈਲੰਜ ਵੀ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੋੜੀ ਜੀ ਵੱਖਰੀ ਗੱਲ ਇਹ ਹੋਊਗੀ ਕਿ ਹਮੇਸ਼ਾ ਇੱਕੋ ਗੈਸਟ ਇਸ ਪ੍ਰੋਗਰਾਮ ਦੇ ਵਿੱਚ ਹੁੰਦਾ ਪਰ ਕਿਉਂਕਿ ਦੋਨੋਂ ਪੱਖ ਜਿਹੜੇ ਆ ਜੀ ਉਹ ਦੱਸੇ ਜਾ ਸਕਣ ਕਿ ਅਸਲ ਦੇ ਵਿੱਚ ਕੀ ਜਿਹੜਾ ਦੀ ਉਪੱਖ ਹੈ ਜਿਹੜੀਆਂ ਪਚੜੀਆਂ ਸ਼੍ਰੇਣੀਆਂ ਨੇ ਉਹ ਕੀ ਸਮਝਦੀਆਂ ਨੇ ਇਸ ਨਵੇਂ ਰਾਖਵਾ ਕਰਨ ਦੇ ਬਾਰੇ ਦੇ ਵਿੱਚ ਔਰ ਜਿਹੜੀਆਂ ਉੱਚ ਸ਼੍ਰੇਣੀਆਂ ਨੇ ਉਹ ਕੀ ਸਮਝਦੀਆਂ ਨੇ ਇਹਦੇ ਬਾਰੇ ਦੇ ਵਿੱਚ ਅੱਜ ਇਸ ਪ੍ਰੋਗਰਾਮ ਦੇ ਵਿੱਚ ਫਾਇਰ ਲਾਈਨ ਦੇ ਵਿੱਚ ਦੋ ਜਿਹੜੇ ਮਹਿਮਾਨ ਮੌਜੂਦ ਨੇ ਪਹਿਲਾਂ ਤਾਂ ਪਰਮਜੀਤ ਸਿੰਘ ਕੈਤ ਜੀ ਨੇ ਸਾਡੇ ਨਾਲ ਜਿਹੜੇ ਕਿ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅንስ ਤੋਂ ਨੇ ਔਰ ਉਹਨਾਂ ਦੇ ਨਾਲ ਨੇ ਜੀ ਸ਼ਾਮ ਲਾਲ ਸ਼ਰਮਾ ਜੀ ਜਿਹੜੇ ਇੱਕ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਜਿਹੜੀ ਹੈ ਉਹਦੇ ਉਹ ਮੁਖੀ ਨੇ ਜੀ ਮੈਂ ਕੈਤ ਸਾਹਿਬ ਪਹਿਲਾਂ ਤੁਹਾਡੇ ਤੋਂ ਬਰੀਫ ਦੇ ਵਿੱਚ ਜਿਹੜਾ ਜੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਤੁਸੀਂ ਇਹ ਚਲਾਉਂਦੇ ਹੋ ਇਹਦਾ ਬਰੀਫ ਦੇ ਵਿੱਚ ਦੱਸ ਸਕੋ ਕਿ ਕਿਵੇਂ ਵਰਕ ਕਰਦੀ ਹੈ ਇਹਦੀ ਕਿਉਂ ਜ਼ਰੂਰਤ ਹੈ ਜੋ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅንስ ਹੈ ਅਸੂਨਾ ਲੋਗਾਂ ਲਈ ਕੰਮ ਕਰ ਰਹੇ ਹਨ ਜੋ ਪਛੜੇ ਗਏ ਨੇ ਸਮਾਜ ਦੇ ਵਿੱਚ ਨਕਾਰੇ ਗਏ ਨੇ ਜਿਨ੍ਹਾਂ ਲੋਕਾਂ ਨੂੰ ਅੱਜ ਵੀ ਜਾਤੀ ਵਿਤਕਰੀ ਦਾ ਸ਼ਕਾਰ ਚੱਲਣਾ ਪੈਂਦਾ ਹੈ ਔਰ ਉਹਨਾਂ ਲੋਕਾਂ ਨੂੰ ਸਮਾਜਿਕ ਤੌਰ ਤੇ ਬੜਾ ਪਛੜੇ ਪੰਦਾ ਜਿਹੜਾ ਅਹਿਸਾਸ ਕਰਾਇਆ ਜਾਂਦਾ ਹੈ ਪਿੰਡਾਂ ਦੇ ਵਿੱਚ ਉਹਨਾਂ ਦਾ ਸਮਾਜਿਕ ਬਾਈਕਾਟ ਹੁੰਦਾ ਹੈ ਉਹਨਾਂ ਦੇ ਨਾਲ ਅਨਿਆਏ ਅਤਿਆਚਾਰ ਹੁੰਦੇ ਨੇ ਪਿੱਛੇ ਜੇ ਇਲੈਕਸ਼ਨ ਹੋਈਆਂ ਜਾਤੀ ਦੇ ਆਧਾਰ ਤੇ ਉਹਨਾਂ ਦਾ ਬਾਈਕਾਟ ਕੀਤਾ ਗਿਆ ਕਿ ਤੁਸੀਂ ਵੋਟ ਫਲਾਣੇ ਬੰਦੇ ਨੂੰ ਪਾਈ ਫਲਾਣੇ ਨੂੰ ਨਹੀਂ ਪਾਈ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜੋ ਨੈਸ਼ਨਲ ਸ਼ੈਡਿਊਲ ਕਾਸਟ ਹੈ ਉਹਦਾ ਜਿਹੜਾ দায়িত্ব ਹੈ ਕਿ ਉਹ ਸਮਾਜ ਦੇ ਸਾਹਮਣੇ ਉਹ ਆਇਨਾ ਜੋ ਅਸਲੀਅਤ ਸਮਾਜ ਹੈ ਜੋ ਇਹਨਾਂ ਦੇ ਨਾਲ ਵਿਤਕਰਾ ਕਰਦਾ ਹੈ ਉੱਚ-ਨੀਚ ਕਰਦਾ ਹੈ ਔਰ ਜਾਤ-ਪਾਤ ਰੱਖਦਾ ਹੈ ਅਸੀਂ ਉਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਔਰ ਜਦੋਂ ਕਿ ਸਾਡਾ ਸੰਵਿਧਾਨ ਇਹ ਗੱਲ ਕਹਿੰਦਾ ਕਿ ਸਭ ਨੂੰ ਬਰਾਬਰਤਾ ਦਿੰਦਾ ਹੈ ਔਰ ਇਸ ਤਰ੍ਹਾਂ ਦੀ ਕਿਸੇ ਵੀ ਇਹ ਇਨਸਾਨ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਉਹ ਕਿਸੇ ਦੇ ਨਾਲ ਜਾਤੀ ਵਿਤਕਰਾ ਕਰੇ ਉੱਚ-ਨੀਚ ਕਰੇ ਔਰ ਯਾ ਉਸ ਨੂੰ ਕਿਸੇ ਤਰੀਕੇ ਨਾਲ ਅਨਿਆਏ ਅਤਿਆਚਾਰ ਸ਼ੋਸ਼ਣ ਦਾ ਸ਼ਿਕਾਰ ਬਣਾਏ ਔਰ ਅਸੀਂ ਇਸ ਦੇ ਖਿਲਾਫ ਜਿਹੜਾ ਹਮੇਸ਼ਾ ਸਟਰਗਲ ਕਰ ਰਹੇ ਹਾਂ ਹੁਣ ਵੀ ਅਸੀਂ ਪਿਛਲੇ 21 ਦਸੰਬਰ ਤੋਂ ਲਗਾਤਾਰ ਚੰਡੀਗੜ੍ਹ ਦੇ ਰੈਲੀ ਗਰਾਊਂਡ 25 ਸੈਕਟਰ ਦੇ ਵਿੱਚ ਜਾਤੀ ਵਿਤਕਰੇ ਔਰ ਅਤਿਆਚਾਰਾਂ ਦੇ ਖਿਲਾਫ ਧਰਨਾ ਤੇ ਸੰਕੇਤਕ ਭੁਖੜਤਾਲ ਕਰ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਵੀ ਜਿਵੇਂ ਦੂਸਰੀਆਂ ਸਰਕਾਰਾਂ ਦੇ ਦੌਰਾਨ ਇਦਾਂ ਦਾ ਜਿਹੜਾ ਵਿਵਹਾਰ ਹੁੰਦਾ ਰਿਹਾ ਇਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਵੀ ਉਹਦੇ ਵਿੱਚ ਵੀ ਇਦਾਂ ਦਾ ਹੀ ਵਿਵਹਾਰ ਹੋ ਰਿਹਾ ਔਰ ਉਹਨਾਂ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਹੈ ਜੋ ਇੱਜ਼ਤ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਪਾਰੀ ਉਸ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਔਰ ਕਿਉਂਕਿ ਪਿੰਡਾਂ ਦੀ ਜਿਹੜੇ ਹਾਲਾਤ ਨੇ ਅੱਜ ਵੀ ਜਿਹੜੇ ਹਾਲਾਤ ਨੇ ਸੀਗਾ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਕੁਝ ਥਾਵਾਂ ਦੇ ਉੱਤੇ ਤਾਂ ਅੱਜ ਵੀ ਹੈਗਾ ਇਹ ਵਿਚਕਰਪਨ ਜਿਹੜਾ ਦੀ ਉਦਾਰੀ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਹੈ ਜਿੰਨਾ ਤੁਸੀਂ ਦੱਸੋਗੇ ਵੇਤਕਨ ਲੇਕਿਨ ਪਿੰਡਾਂ ਦੇ ਵਿੱਚ ਅੱਜ ਵੀ ਇਹੋ ਜਿਹੇ ਹਾਲਾਤ ਨੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਅਸੀਂ ਉੱਥੇ ਆਪਣੇ ਆਪ ਨੂੰ ਇੱਕ ਮੰਨਦੇ ਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਜਾਂਦੇ ਆ ਅਸੀਂ ਉੱਥੇ ਹੀ ਫਿਰ ਮੱਝ ਵੀ ਸਿੱਖ ਰਮਦਾਸੀਆ ਸਿੱਖ ਜੱਟ ਸਿੱਖ ਬਣ ਜਾਂਦੇ ਆ ਹੂੰ ਅਰ ਦੂਸਰੀਆਂ ਜਾਤਾਂ ਦਾ ਜ ਅਸੀਂ ਉਸੇ ਜਾਤਾਂ ਦਾ ਢੰਡੋਰਾ ਪੇਟਣ ਲੱਜੇ ਜਿੱਥੇ ਕਿ ਗੁਰਬਾਣੀ ਇਹ ਗੱਲ ਕਹਿੰਦੀ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੂ ਹਮ ਔਰ ਲਲਹਾ ਨੂਰੁ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਸੇ ਸਭਜ ਕੁਪਜਾ ਕੌਣ ਭਲੇ ਕੋ ਮੰਦੇ ਪਰ ਕਿਆਨ ਸਰ ਜਿਹੜੇ ਗੁਰਦੁਆਰੇ ਬਣ ਗਏ ਜਾਤਾਂ ਦੇ ਆਧਾਰ ਚਾਹੇ ਉਹ ੜਟਾਂ ਦੇ ਬਣੇ ਮੈਂ ਪਰਸਨਲ ਤੌਰ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਵਿਰੋਧ ਕਰਦਾ ਪਰ ਜਿਹੜੇ ਹੁਣ ਬਾਕੀ ਕਾਸ ਜੜੀਆਂ ਨੇ ਉਹਨਾਂ ਨੇ ਵੀ ਆਪਣੇ ਗੁਰਦੁਆਰੇ ਬਣਾ ਲਏ ਤੁਹਾਨੂੰ ਨਹੀਂ ਲੱਗਦਾ ਕਿ ਇਹ ਵਖਰੀਵੇਂ ਆਪ ਪਹਿਲਾਂ ਕਿ ਲੇਕਿਨ ਦੇਖੋ ਗੁਰਬਾਣੀ ਦੇ ਵਿੱਚ ਐਦਾਂ ਦਾ ਕੋਈ ਵੀ ਵਿਵਰਣ ਨਹੀਂ ਹੈ ਕਿ ਕਿ ਤੁਸੀਂ ਜਾਤੀ ਦੇ ਆਧਾਰ ਤੇ ਗੁਰਦੁਆਰੇ ਬਣਾਓ ਜਦ ਨੂੰ ਜਾਤੀ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਸਮਾਜਿਕ ਬਾਈਕਾਟ ਕੀਤਾ ਜਾਂਦਾ ਉੱਥੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਉਹਨਾਂ ਨੇ ਇਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਉਹਨਾਂ ਨੇ ਵੀ ਆਪਣੇ ਮਹਾਪੁਰਸ਼ਾਂ ਦੇ ਨਾਮ ਤੇ ਗੁਰੂਆਂ ਦੇ ਰੈਬਰਾਂ ਦੇ ਨਾਮ ਤੇ ਗੁਰਦੁਆਰੇ ਬਣਾ ਲਏ ਜਾਂ ਆਪਣੇ ਮੰਦਰ ਬਣਾ ਲਏ ਜਿਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਪ੍ਰਮਾਤਮਾ ਦਾ ਨਾਮ ਲੈਣਾ ਚਾਹੁੰਦੇ ਨੇ ਇਹ ਗੱਲ ਉੱਥੇ ਹੀ ਖੜੀ ਹੈ ਜਿੱਥੋਂ ਸਟਾਰਟ ਹੋਈ ਜਿੱਥੋਂ ਸ਼ੁਰੂ ਹੋਈ ਸੀ ਅੱਜ ਅਸੀਂ ਹਾਂਜੀ 550 ਸਾਲਾ ਮਨਾਉਣਾ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ ਪਰ ਸਾਡਾ ਪੁਆਇੰਟ ਉਹਦੇ ਵਿੱਚ ਸਭ ਤੋਂ ਜਿਹੜਾ ਜੀ ਵੱਡਾ ਇਹ ਆ ਕੇ ਪਿੰਡਾਂ ਦੇ ਵਿੱਚ ਅੱਜ ਵੀ ਕਾਸਟ ਦੇ ਜਿਹੜੇ ਗੁਰਦੁਆਰੇ ਕਾਸਟ ਜਿਹੜਾ 550ਵਾਂ ਮਨਾਉਣਾ ਆ ਉਹਦੇ ਵਿੱਚ ਇਹੀ ਤਹਈਆ ਕਰ ਲਿਆ ਜਾਵੇ ਕਿ ਜਿੰਨੇ ਕਾਸਟ ਦੇ ਉੱਤੇ ਗੁਰਦੁਆਰੇ ਆ ਉਹ ਜਿਹੜੇ ਉਹ ਬੰਦ ਕੀਤੇ ਜਾਣਗੇ ਜਨਰਲ ਕੈਟਾਗਰੀ ਤੋਂ ਸ਼ਾਮ ਲਾਲ ਸ਼ਰਮਾ ਜੀ ਸਾਹ ਨਾਲ ਜਿਹੜਾ ਉਹ ਮੌਜੂਦ ਨੇ ਮੈਂ ਪਹਿਲਾਂ ਤਾਂ ਕੈਟਾਗਰੀਜ਼ ਜਿਹੜੀਆਂ ਨੇ ਜੀ ਉਹ ਨਿੱਜੀ ਤੌਰ ਦੇ ਉੱਤੇ ਕਿਉਂਕਿ ਗੱਲ ਕਰਨੀ ਪੈਂਦੀ ਆ ਇਸ ਵੇਲੇ ਬਹੁਤ ਵੱਡਾ ਇਸ਼ੂ ਬਣ ਗਿਆ ਮੈਂ ਕਾਸਟਿਜ਼ਮ ਜਿਹੜਾ ਦੀ ਉਹਦੇ ਵਿੱਚ ਯਕੀਨ ਨਹੀਂ ਕਰਦਾ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਕਾਸਟ ਲਾ ਕੇ ਜਿਹੜੀ ਗੱਲ ਕਰਦੇ ਪਰ ਕਿਉਂਕਿ ਉਹਨੂੰ ਰਿਪਰੈਜ਼ੈਂਟ ਕਰਨਾ ਵੀ ਜਿਹੜਾ ਜੀ ਉਹ ਜ਼ਰੂਰੀ ਹੈ ਇੱਕ ਤਾਂ ਪਹਿਲਾਂ ਜਿਹੜੀ ਤੁਹਾਡੀ ਸੰਸਥਾ ਤੁਸੀਂ ਬਣਾਈ ਹੋਈ ਆ ਇਹਦੀ ਕੀ ਜ਼ਰੂਰਤ ਹੈ ਇਹ ਕਿਉਂ ਬਣਾਈ ਔਰ ਕੀ ਕਿਵੇਂ ਕੰਮ ਕਰਦੀ ਹੈ ਜੀ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਜੀ ਪਿਛਲੇ 25 30 ਸਾਲ ਤੋਂ ਕੰਮ ਕਰ ਰਹੀ ਹੈ ਹਮ ਸਾਡਾ ਜਿਹੜਾ ਸੀ ਸ਼ੁਰੂ ਚ ਅਸੀਂ ਜਿਹੜੇ ਆਰਗੇਨਾਈਜ਼ ਸਟਾਰਟ ਕੀਤੀ ਸੀ ਜਿਹੜੀ ਸਰਫਸੀ ਦੇ ਵਿੱਚ ਰਿਜ਼ਰਵੇਸ਼ਨ ਹੈਗੀ ਹੈ ਉਸ ਦੇ ਨਾਲ ਅਸੀਂ ਬਹੁਤ ਪੀੜ ਸੀ ਹਮ ਰਿਜ਼ਰਵੇਸ਼ਨ ਜਿਹੜੀ ਡ੍ਰੈਫਟ ਅਪਰੂਵਮੈਂਟ ਦੇ ਵਿੱਚ ਕੀਤੀ ਗਈ ਸੀ ਫਾਰ ਸ਼ਡਿਊਲ ਕਾਸਟ ਐਂਡ ਸ਼ਡਿਊਲ ਡਰਾਈ 25% ਉੱਥੇ ਵੀ ਪੋਲੀਟਿਕਲ ਜਿਹੜੀ ਗਵਰਨਮੈਂਟਾਂ ਨੇ ਸਾਡੀ ਸਰਕਾਰਾਂ ਨੇ ਉੱਥੇ ਵੀ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਿਆ ਨਾ ਗਵਰਨਮੈਂਟਾਂ ਨੇ ਜਦੋਂ ਕਿ ਸਰਵਿਸ ਦੇ ਵਿੱਚ ਸਾਰੇ ਬੰਦੇ ਆ ਜਾਂਦੇ ਸੀ ਸਾਰੇ ਇਕੁਅਲ ਹੋ ਜਾਂਦੇ ਸੀ ਇੱਕੋ ਪੇਸ਼ ਕੇ ਲੈਂਦੇ ਸੀ ਇੱਕੋ ਤਰ੍ਹਾਂ ਦਾ ਕੰਮ ਕਰਦੇ ਸੀ ਇੱਕੋ ਤਰ੍ਹਾਂ ਦਫਤਰ ਦੇ ਵਿੱਚ ਬੈਠਦੇ ਸੀ ਖਾਂਦੇ ਸੀ ਪੀਂਦੇ ਸੀ ਆਪਸ ਵਿੱਚ ਫੇਰ ਵੀ ਸਰਕਾਰਾਂ ਜਿਹੜੀਆਂ ਨੇ ਇਹਨੇ ਗਲਤ ਕੰਮ ਕਰਦੀਆਂ ਨੇ ਇਹਨਾਂ ਨੇ ਰਿਜ਼ਰਵੇਸ਼ਨ ਪ੍ਰੋਮੋਸ਼ਨ ਇੰਟਰੋਡਿਊਸ ਕੀਤੀ ਪੰਜਾਬ ਦੇ ਵਿੱਚ 1974 ਤੋਂ ਜੀ ਰਿਜ਼ਰਵੇਸ਼ਨ ਪ੍ਰਮੋਸ਼ਨ ਜਿਹੜੀ ਉਹ ਹਿੱਟ ਕਰਦੀ ਹੈ ਕਿਉਂਕਿ ਰਿਜ਼ਰਵੇਸ਼ਨ ਪ੍ਰਮੋਸ਼ਨ ਜਿਹਨੂੰ ਤੁਸੀਂ ਸੋਚਦੇ ਹੋ ਕਿ ਸਾਡੇ ਨਾਲ ਬੰਦਾ ਆਇਆ ਹੈ ਸਾਡੇ ਨਾਲ ਬੈਠਿਆ ਹੈ ਔਰ ਅਸੀਂ ਕੋਈ ਵਿਤਕਰਾ ਨਹੀਂ ਕਰ ਰਹੇ ਕਿਉਂਕਿ ਗਵਰਨਮੈਂਟ ਦੇ ਪਰਮਟਾਂ ਦੇ ਵਿੱਚ ਜਿਹੜੇ ਸਰਵਿਸ ਸ਼ੀਟ ਪਰਮੰਡ ਨੇ ਉੱਥੇ ਸਾਰੇ ਪੜ੍ਹਿਆ ਲਿਖਿਆ ਤੱਕ ਹੈ ਉੱਥੇ ਕੋਈ ਡਿਸਕ੍ਰਿਮੀਨੇਸ਼ਨ ਕਰ ਨਹੀਂ ਸਕਦਾ ਉੱਥੇ ਲਾਜ ਵੀ ਨਹੀਂ ਸਾਰਾ ਕੁਝ ਬਣਿਆ ਹੋਇਆ ਹੈ ਤੇ ਜਿਹੜੀ ਸਾਨੂੰ ਰਿਜ਼ਰਵੇਸ਼ਨ ਪ੍ਰਮੋਸ਼ਨ ਨੇ ਹਿੱਟ ਕੀਤਾ ਫਿਰ ਅਸੀਂ ਇਸ ਨੂੰ ਹੋਰ ਇਸ ਨੂੰ ਚੁਕੰਨਾ ਕੀਤਾ ਔਰ ਫਿਰ ਰਿਜ਼ਰਵੇਸ਼ਨ ਪ੍ਰਮੋਸ਼ਨ ਵੀ ਜਦੋਂ ਦੇਤੀ ਸਰਕਾਰ ਨੇ ਉੱਥੇ ਵੀ ਸਰਕਾਰਾਂ ਸੈਟੀਸਫਾਈ ਨਹੀਂ ਹੋਈਆਂ ਕਿਉਂਕਿ ਥਿਸ ਇਜ਼ 올 ਪੋਲਿਟਿਕਲ ਸਟੰਟ ਰਿਜ਼ਰਵੇਸ਼ਨ ਇਸ਼ੂ ਇਜ਼ ਅ ਪੋਲਿਟਿਕਲ ਸਟੰਟ ਪੋਲਿਟਿਕਲ ਪਾਰਟੀਆਂ ਆਪਣੇ ਵਾਸਤੇ ਯੂਜ਼ ਕਰਦੀਆਂ ਨੇ ਆਪਣੇ ਵਾਸਤੇ ਵੋਟ ਬੈਂਕ ਕ੍ਰੀਏਟ ਕਰਦੀਆਂ ਨੇ ਇਸ ਦਾ ਕਿਸੇ ਦੀ ਬਿਹਤਰੀ ਨਾਲ ਕੋਈ ਸਬੰਧ ਨਹੀਂ ਦੂਰ ਦਾ ਵੀ ਸਬੰਧ ਨਹੀਂ ਹੈਗਾ ਤਾਂ ਹੁਣ ਤੁਸੀਂ ਤੁਸੀਂ ਆਪ ਹੀ ਕਹਤਾ ਜੀ ਕਿ ਤਾਂ ਪੋਲਿਟਿਕਲ ਪਾਰਟੀਆਂ ਦਾ ਸਟੰਟ ਰਚਿਆ ਹੋਇਆ ਇਹ ਤਾਂ ਜੁਮਲਾ ਆ ਜਿਹੜਾ ਦਿਮਾਗ ਇਹ ਜਿਹੜਾ ਹੁਣ 10% ਜਿਹੜਾ ਰਾਖਵਾਕਰਨ ਕਰ ਦਿੱਤਾ ਇਹਨੂੰ ਤੁਸੀਂ ਜਾਇਜ਼ ਮੰਨਦੇ ਹੋ ਜਾਂ ਗਲਤ ਹੈ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਸ਼ੁਰੂ ਤੋਂ ਅਸੀਂ ਰੱਖਿਆ ਜਿਵੇਂ ਕੈਂਤ ਸਾਹਿਬ ਨੇ ਵੀ ਕਿਹਾ ਹੈ ਸਾਡਾ ਵੀ ਜਿਹੜਾ ਪੈੜ ਛਪਾਇਆ ਹੈ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਸਾਡੇ ਵੀ ਲਿਖਿਆ ਹੈ ਕਿ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਹੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਮੈਮੋਰੰਡਮ ਬੰਦੇ ਕਿਸੇ ਗਵਰਨਮੈਂਟ ਨੂੰ ਅਸੀਂ ਕਹਿੰਦੇ ਜਾਤ ਪਾਤ ਖਤਮ ਕਰੋ ਜਾਤ ਆਧਾਰਿਤ ਰੱਖਮਕਰਨ ਖਤਮ ਕਰੋ ਅਸੀਂ ਸਿਰੂ ਤੋਂ ਮੰਗਦੇ ਰਹੇ ਕਿ ਜਿਹੜਾ ਇਹ ਰਿਜ਼ਰਵੇਸ਼ਨ ਹੈਗੀ ਹੈ ਇਹ ਆਰਥਿਕ ਆਧਾਰ ਤੇ ਹੋਣੀ ਚਾਹੀਦੀ ਹੈ ਜੇ ਸਰਕਾਰ ਦੇਣਾ ਚਾਹੁੰਦੀ ਹੈ ਇਹਨੂੰ ਆਰਥਿਕ ਆਧਾਰ ਤੇ ਦੇਵੇ ਕਿਉਂਕਿ ਜਾਤ ਪਾਤ ਦਾ ਸਿਸਟਮ ਜਿਹੜਾ ਹੈ ਤੁਸੀਂ ਤੁਹਾਨੂੰ ਖਤਮ ਕਰਨਾ ਪੈਣਾ ਹੈ ਲੇਕਿਨ ਜਦੋਂ ਤੁਸੀਂ ਤਾਂ ਜਾਤ ਪਾਤ ਸਿਸਟਮ ਨੂੰ ਖਤਮ ਕਰਨ ਦੀ ਬਜਾਏ ਈਵਨ ਆਜ਼ਾਦੀ ਤੋਂ ਬਾਅਦ ਜੇ ਆਪਾਂ ਸਹੀ ਮੈਨਾਂ ਚ ਦੇਖੀਏ ਜਾਤ ਪਾਤ ਖਤਮ ਨਹੀਂ ਹੋਈ ਜਾਤ ਪਾਤ ਵਧੀ ਹੈ ਜਿੰਨੀ ਕਾਸਟਾ ਇੰਡੀਪੈਂਡੈਂਟ ਟਾਈਮ ਸੀ ਉਸ ਤੋਂ ਬਾਅਦ ਕਾਸਟਿਜ਼ਮ ਵਧਿਆ ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਸ਼ੂਟ ਕਰਦਾ ਹੈ ਰਿਜ਼ਰਵ ਜਿਹੜਾ ਹੈਗਾ ਜਿਹੜੀ ਜਾਤ ਪਾਤ ਸਿਸਟਮ ਤੇ ਇਸ ਕਰਕੇ ਜਾਤ ਪਾਤ ਸਿਸਟਮ ਨੂੰ ਨਾ ਕਿਸੇ ਨੇ ਖਤਮ ਕਰਨਾ ਹੈ ਨਾ ਕੋਈ ਨੂੰ ਕਰਨਾ ਚਾਹੁੰਦਾ ਇਹ ਤਾਂ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਕਹਿੰਦੀ ਹੈ ਕਿ ਜਾਤ ਪਾਤ ਖਤਮ ਹੋਵੇ ਕਾਸ਼ ਵੀ ਜਿਹੜਾ ਜਿਹੜਾ ਨਾਮ ਹੈ ਤੁਹਾਡੀ ਆਰਗੇਨਾਈਜੇਸ਼ਨ ਦਾ ਉਹ ਜਨਰਲ ਕੈਟਾਗਰੀ ਜਿਹੜਾ ਉਹ ਲਿਖਿਆ ਹੋਇਆ ਫਿਰ ਜਰੂਰ ਤੁਸੀਂ ਜਨਰਲ ਕੈਟਾਗਰੀ ਜਿਹੜਾ ਉਹਨੂੰ ਨਾਂ ਹੀ ਕਰ ਲਿਆ ਤੇ ਫਿਰ ਤੁਸੀਂ ਵੱਖਰੀਆਂ ਤਾਂ ਆਪੇ ਕਰਾ ਕਰ ਲੈ। ਨੋ 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 ਸਾਡੇ ਜਿਹੜੇ ਅਸੀਂ 올 ਇੰਡੀਆ ਇਕਵੈਲਟੀ ਫੋਰਮ ਬਣਾਇਆ ਹੋਇਆ ਹੈ 올 ਇੰਡੀਆ ਲੈਵਲ ਤੇ ਉਸਦੇ ਵਿੱਚ ਅਸੀਂ ਮੈਂਬਰ ਹੈ। ਅਸੀਂ ਸਮਾਨਤਾ ਮੰਚ ਵੀ ਬਣਾਇਆ ਹੋਇਆ ਹੈ। ਰਾਜਸਥਾਨ ਦੇ ਵਿੱਚ ਸਮਤਾ ਅੰਦੋਲਨ ਬਣਾਇਆ ਹੋਇਆ ਹੈ। ਈਵਨ ਜਿਹੜਾ ਮੱਧ ਪ੍ਰਦੇਸ਼ ਹੈਗਾ ਉੱਥੇ ਸਪਾਰਕਸ ਬਣਾਈ ਹੋਈ ਹੈ ਉੱਥੇ ਵਿੱਚ 4 ਆਰਗੇਨਾਈਜ਼ ਜੁੜੀ ਹੋਈਆਂ ਨੇ ਈਵਨ ਯੂਪੀ ਦੇ ਵਿੱਚ ਉਹਨਾਂ ਨੇ ਵੀ ਹਿੰਦੀ ਚ ਨਾਂ ਰੱਖਿਆ ਹੋਇਆ ਹੈ ਕਿ ਸਰਵ ਸਰਵ ਹਿਤਾਏ ਸੰਸਥਾ ਕਿ ਸਭ ਦੇ ਵੈਲਫੇਅਰ ਵਾਸਤੇ ਕੰਮ ਕਰਨਾ ਹੈ ਲੇਕਿਨ ਸਾਡੇ ਕਿਉਂਕਿ ਸ਼ੁਰੂ ਤੋਂ ਪੁਰਾਣੀ ਜਿਹੜੀ ਜਥੇਬੰਦੀ ਚੱਲੀ ਆ ਰਹੀ ਸੀ ਇਹਨੂੰ ਅਸੀਂ ਰਿਫਾਰਮ ਕੀਤਾ ਹੈ ਸ਼ੁਰੂ ਦੇ ਵਿੱਚ ਸਾਡਾ ਨਾਂ ਸੀ ਜਿਹੜਾ ਹੈ ਸ਼ੁਰੂ ਦੇ ਵਿੱਚ ਸਾਡਾ ਨਾਂ ਸੀ ਨੌਨ ਸਟੂ ਕਾਸਟ ਵੈਲਫੇਅਰ ਐਸੋਸੀਏਸ਼ਨ ਇਸ ਨੂੰ ਹੋਰ ਰਿਫਾਈਨਡ ਕੀਤਾ ਗਿਆ ਫਿਰ ਉਹਨੂੰ ਸੀ ਜਨਰਲ ਕੈਟਾਗਰੀ ਤੇ ਆ ਗਏ ਹੁਣ ਵੀ ਸਾਡੇ ਤੇ ਪ੍ਰੈਸ਼ਰ ਹੈ ਕਿ ਤੁਸੀਂ ਕੈਟਾਗਰੀ ਬਣ ਗਈ ਐ ਕੈਟਾਗਰੀ ਬਣ ਗਈ ਜਦੋਂ ਕੈਟਾਗਰੀ ਇਸ ਕਰਕੇ ਬਣੀ ਕਿ ਅਸੀਂ ਜਿਹੜੇ ਜਨਰਲੀ ਜਿਹੜੇ ਸੀ ਅਸੀਂ ਕੋਰਟ ਕੇਸੇ ਲੜ ਰਹੇ ਸੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟਸ ਨੇ ਉਹਨਾਂ ਵਿੱਚ ਕੈਟਾਗਰੀ ਆਂਦੀ ਹੈ ਜਨਰਲ ਕੈਟਾਗਰੀ ਰਿਜ਼ਰਵ ਕੈਟਾਗਰੀ ਕੋਈ ਜਿਹੜਾ ਹੈਗਾ ਜਨਰਲ ਕੈਟਾਗਰੀ ਦੀ ਪ੍ਰਮੋਸ਼ਨ ਰਿਜ਼ਰਵ ਕੈਟਾਗਰੀ ਦੀ ਪ੍ਰਮੋਸ਼ਨ ਰੋਸਟਰ ਪੁਆਇੰਟਸ ਇਹ ਸਾਰੇ ਉਹਦੇ ਚਾਹੁੰਦੇ ਨੇ ਇਸ ਕਰਕੇ ਸਾਡਾ ਜਿਹੜਾ ਸੀ ਫਾਈਟ ਕਰਨ ਵਾਸਤੇ ਸੀ ਜਨਰਲ ਕੈਟਾਗਰੀ ਬਣਾਈ ਸੀ ਸਰ ਮੈਂ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਬੁੱਧੀਜੀਵੀ ਵਰਗ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇਥੋਂ ਜਿਹੜਾ ਜੀ ਕਮ ਸੇ ਕਮ ਇਹ ਮੈਸੇਜ ਜਿਵੇਂ ਤੁਸੀਂ ਸਟਾਰਟਿੰਗ ਤੇ ਕਹਤਾ ਕਿ ਜਿਹੜੀਆਂ ਪਾਰਟੀਆਂ ਨੇ ਉਹ ਡਰਾਮਾ ਕਰਦੀਆਂ ਨੇ ਸਭ ਕਾਸੇ ਦੇ ਉੱਤੇ ਤੁਸੀਂ ਸਟਾਰਟਿੰਗ ਹੀ ਜਿਹੜੀ ਇਸ ਤਰੀਕੇ ਦੀ ਹੋਵੇ ਉਹ ਕਾਸਟਿੰਗ ਦੀ ਗੱਲ ਕੈਂਤ ਸਾਹਿਬ ਨੇ ਉਠਾਈ ਹੈ ਕਿ ਜਿਹੜੇ ਜਾਤਾਂ ਦੇ ਆਧਾਰ ਤੇ ਜਿਹੜੇ ਉਹ ਗੁਰਦੁਆਰੇ ਨੇ ਇਹ ਵੀ ਤਾਂ ਇੱਕ ਕਿਸਮ ਦੇ ਨਾਲ ਸੰਸਥਾ ਜਿਹੜੀ ਹੈ ਜੀ ਉਹ ਰਿਪਰੈਜ਼ੈਂਟ ਕਰ ਰਹੀ ਹੈ ਇਹ ਇੱਕ ਖਾਸ ਵਰਗ ਨੂੰ ਕਿ ਜਨਰਲ ਕੈਟਾਗਰੀ ਵਾਲੇ ਇਹ ਹੋਣਾ ਨਹੀਂ ਚਾਹੀਦਾ ਕਿ ਪਹਿਲਾਂ ਆਪਾਂ ਨਾਵਾਂ ਤੋਂ ਹੀ ਆਪਾਂ ਹੀ ਸਟਾਰਟ ਕਰ ਲਈ। ਨਹੀਂ ਹੋਣਾ ਚਾਹੀਦਾ ਹੈ ਆਈ ਐਗਰੀ ਵੀ ਦਿਓ ਲੇਕਿਨ ਤੁਸੀਂ ਇਹ ਵੀ ਜੇ ਅਸੀਂ ਇਮਾਨਦਾਰੀ ਦੀ ਗੱਲ ਕਰੀਏ ਕਿ ਸਾਡੇ ਕੋਲ ਜਨਰਲ ਕੈਟਾਗਰੀ ਦਾ ਆਪਣਾ ਜਿਹੜਾ ਸਰਵਿਸਿਜ਼ ਵਾਲਿਆਂ ਦਾ ਕੰਮ ਹੈ ਉਹੀ ਨਹੀਂ ਮੁੱਕਦਾ। ਹੁਣ ਅਸੀਂ ਰਿਲੀਜੀਅਸ ਲੈ ਲਈਏ ਗੁਰਦੁਆਰਿਆਂ 'ਚ ਪਹੁੰਚ ਜਾਈਏ ਮੰਦਰਾਂ 'ਚ ਪਹੁੰਚ ਜਾਈਏ ਆਫਟਰਲੀ ਤਾਂ ਉਹਨਾਂ ਆਰਗੇਨਾਈਜੇਸ਼ਨ ਦਾ ਹੈ ਜਾਂ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਨੇ ਉਹਨਾਂ ਦਾ ਹੈ। ਹੁਣ ਬਦਕਿਸਮਤੀ ਇਹ ਤਾਂ ਇਸ ਕੰਟਰੀ ਦੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਕਿ ਅਸੀਂ ਸਿੱਖਾਂ ਦੇ ਜਾਂ ਅਸੀਂ ਧਰਮ ਦੇ ਜਾਂ ਉਹ ਉਹਦੇ ਵਿੱਚ ਵੀ ਰਿਜ਼ਰਵੇਸ਼ਨ ਹੈ ਜੀ ਰਿਜ਼ਰਵੇਸ਼ਨ ਨੂੰ ਖਤਮ ਕਰਾ ਜਦੋਂ ਕਿ ਸਿੱਖਿਜ਼ਮ ਟੋਟਲੀ ਅਗੇਂਸਟ ਹੈ ਤੇ ਮੈਂ ਕਹਿੰਦਾ ਜਿਹੜੇ ਜਿਹੜੇ ਲੋਕਾਂ ਦਾ ਪ੍ਰਾਈਮ ਡਿਊਟੀ ਹੈ ਉਹੀ ਰਜਿਸਟਰੇਸ਼ਨ ਬੁਧਾਰੇ ਨੇ ਜਿਵੇਂ ਕੈਨ ਸਰਬ ਨੇ ਗੱਲ ਕੀਤੀ ਹੈ ਗੁਰਦੁਆਰਿਆਂ ਦੇ ਵਿੱਚ ਗੁਰਦੁਆਰੇ ਜਿਹੜੇ ਬਣੇ ਨੇ ਅਕਾਲੀ ਦਲ ਦਾ ਵੀ ਐਸਸੀ ਵਿੰਗ ਹੈ ਜੋ ਐਸਸੀ ਵਿੰਗ ਅੱਛਾ ਨਾਟ ਓਨਲੀ ਅਕਾਲੀ ਦਲ ਇਹ ਬਦਕਿਸਮਤੀ ਬਾਕੀ ਸਾਰਿਆਂ ਦਾ ਮੈਂ ਤਾਂ ਕਹਾਂ ਕਿ ਉਹ ਸਿੱਖਾ ਨੂੰ ਨਹੀਂ ਪਰਸੈਂਟ ਮੈਂ ਹੋਈ ਕਹਿੰਦਾ ਹੈ ਬਦਕਿਸਮਤੀ ਹੈ ਜਨਰਲ ਕੈਟਾਗਰੀ ਵਾਲਿਆਂ ਦੀ ਕਿ ਹਰ ਪੋਲੀਟੀਕਲ ਪਾਰਟੀ ਨੇ ਆਪਣਾ ਵਿੰਗ ਬਣਾਇਆ ਹੈ ਸ਼ਡਿਊਲ ਕਾਸਟ ਵਿੰਗ ਬਣਾਏ ਨੇ ਵਪਾਰ ਮੰਡਲ ਦੇ ਵਿੰਗ ਬਣਾਏ ਨੇ ਕਿਸਾਨ ਵਿੰਗ ਬਣਾਏ ਨੇ ਓਨਲੀ ਜਨਰਲ ਕੈਟਾਗਰੀ ਦੇਰ ਇਸ ਦਾ ਕੋਈ ਵਿੰਗ ਨਹੀਂ ਨਾ ਕੋਈ ਪੋਲੀਟੀਕਲ ਪਾਰਟੀ ਹਿੰਮਤ ਕਰ ਸਕਦੀ ਐ ਲਿੰਕ ਬਣਾ ਲਏ ਕਿਉਂਕਿ ਉਹਨਾਂ ਨੇ ਇਹ ਹੀ ਡਰ ਰਹਿੰਦਾ ਹੈ ਕਿ ਸਾਡੀ ਯਾਰ ਵੋਟਾਂ ਟੁੱਟ ਜਾਣਗੇ ਸ਼ਡਿਊਲ ਕਾਸਟ ਸੀ ਜਨਰਲ ਕੈਟਾਗਰੀ ਦਾ ਨਾਂ ਤਾਂ ਲੈਣਾ ਹੀ ਨਹੀਂ ਸਾਡੀ ਇੰਨੀ ਬਦਕਿਸਮਤੀ ਹੈ ਕਿ ਜੇ ਅਸੀਂ ਕਿਸੇ ਨੂੰ ਸਪੋਰਟ ਕਰਨਾ ਚਾਹੀਏ ਪੋਲਿਟੀਕਲ ਪਾਰਟੀ ਨੂੰ ਕਿ ਵੀ ਵਾਂਟ ਟੂ ਸਪੋਰਟ ਯੂ ਉਹ ਕਹਿੰਦੇ ਸ਼ਰਮਾ ਜੀ ਡਰਾਇੰਗ ਰੂਮ ਚ ਸਪੋਰਟ ਕਰ ਦਿਓ ਅੰਦਰ 19 سپورਟ ਕਰ ਦਿਓ ਆਪਣੇ ਬੰਦਿਆਂ ਦੀ ਲਿਸਟ ਦੇ ਦਿਓ ਜਿਹੜੇ ਸਾਨੂੰ ਵੋਟ ਪਾਣਗੇ ਪਰ ਫੋਰ ਗੋਡਸ ਸੇ ਇੱਕ ਬਿਆਨ ਨਾ ਲਵਾ ਦਿਓ ਕਿ ਜਨਰਲ ਕੈਟਾਗਰੀ ਇਸ ਕੈਂਡੀਡੇਟ ਨੂੰ سپورਟ ਕਰੇਗੀ ਦੈਨ ਵੀ ਵਿਲ ਸਟੈਂਡ ਨੋ ਇਅਰ ਸਭ ਤੋਂ ਪਹਿਲਾਂ ਕੈਂਸਰ ਸਾਹਿਬ ਤੋਂ ਪੁੱਛੀਏ ਬ੍ਰੇਕ ਤੇ ਜਾਈਏ ਮੈਂ ਤਾਂ ਉੱਥੇ ਜਾਨਣਾ ਚਾਹਣਾ ਸੀ ਜਿਹੜੀ ਜਨਰਲ ਕੈਟਾਗਰੀ ਜਿਹਦੀ ਤੁਸੀਂ ਗੱਲ ਕਰਦੇ ਹੋ ਆ ਰਾਜਨੀਤਿਕ ਪਾਰਟੀਆਂ ਦੇ ਵਾਸਤੇ ਇਹ ਵੋਟ ਬੈਂਕ ਨਹੀਂਗਾ ਕਿਉਂਕਿ ਵੋਟ ਪਾਉਂਦੇ ਨਹੀਂ ਯੈਸ ਯੈਸ ਇਹ ਰਿਐਲਿਟੀ ਹੈ ਇਹ ਬਦਕਿਸਮਤੀ ਹੈ ਕਿ ਸਾਡੇ ਬੰਦੇ ਵੋਟ ਪਾਣ ਜਾਂਦੇ ਨਹੀਂ ਹਾਂ ਹਾਂ ਬਿਲਕੁਲ ਜੀ ਸਾਡੇ ਨਾਲ ਇਸ ਵਾਰੇ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ ਕੈਂਤ ਸਾਹਿਬ ਤੇ ਸ਼ਰਮਾ ਸਾਹਿਬ ਗੱਲਬਾਤ ਜਿਹੜੀ ਕਰ ਰਹੇ ਆ ਜਿਹੜੇ 10% ਰਾਖਵਾ ਕਰਨ ਹੁਣ ਕੀਤਾ ਗਿਆ ਸਵਰਨ ਜਾਤਾਂ ਦੇ ਵਾਸਤੇ ਬਹੁਤ ਉਭਾਰਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਕਿ ਐਸੀ ਚੀਜ਼ ਜਿਹੜੀ ਉਹ ਲੈਂਦੀ ਹੈ ਜਿਹੜੀ ਕਿ ਮੁਲਕ ਬਦਲ ਕੇ ਰੱਖ ਦੂਗੀ ਕਿਵੇਂ ਇਹ ਨਹੀਂ ਜਿਹੜਾ ਸੀ ਉਹ ਪਤਾ ਅਸੀਂ ਗੱਲਬਾਤ ਇਹ ਜਿਹੜੀ ਦੀ ਦੋਨੋਂ ਜਿਹੜੇ ਸਾਡੇ ਨਾਲ ਨੁਮਾਇੰਦੇ ਬੈਠੇ ਨੇ ਜੀ ਠਰਮੇ ਵਾਲੇ ਉਹ ਵਿਅਕਤੀ ਨੇ ਜਾਣਕਾਰ ਨੇ ਔਰ ਇਸੇ ਕਰਕੇ ਉਹਨਾਂ ਤੋਂ ਜਾਣਨ ਦੀ ਜਿਹੜੀ ਇਹ ਕੋਸ਼ਿਸ਼ ਕਰਾਂਗੇ ਕਿ ਰਿਜ਼ਰਵੇਸ਼ਨ ਜਿਹੜੀ ਆ ਦੀ ਉਹਨੇ ਮੁਲਕ ਨੂੰ ਕਿੰਨਾ ਜਿਹੜਾ ਉਹ ਪਛਾਣ ਤੱਕਿਆ ਔਰ ਖਾਸ ਤੌਰ ਦੇ ਉਤੇ 70 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਅੱਜ ਵੀ ਕੀ ਇਹ ਕਿਸੇ ਜਗ੍ਹਾ ਦੇ ਉਤੇ ਵਰਕ ਕੀਤੀ ਹੈ ਜਿਹੜੀ ਰਿਜ਼ਰਵੇਸ਼ਨ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਪਰਤਲੇ ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਔਰ ਅੱਜ ਦੇ ਫਾਇਰ ਲਾਈਨ ਦੇ ਵਿੱਚ ਦੋ ਜਿਹੜੇ ਮਹਿਮਾਨ ਸਾਡੇ ਕੋਲ ਮੌਜੂਦ ਨੇ ਇਹਦੇ ਵਿੱਚ ਪਰਮਜੀਤ ਸਿੰਘ ਕੈਤ ਹੋਰੀ ਨੇ ਜੀ ਔਰ ਸ਼ਾਮ ਲਾਲ ਸ਼ਰਮਾ ਜੀ ਸਰਦਾਰ ਮੌਜੂਦ ਨੇ ਕੈਂਸਾ ਮੈਥਡ ਤੋਂ ਇਹ ਜਾਨਣਾ ਚਾਹਣਾ ਹੁਣ ਤਾਂ 70 ਸਾਲ ਬੀਤ ਗਏ ਸਾਡੇ ਤਾਂ ਪ੍ਰਧਾਨ ਮੰਤਰੀ ਕਹਿੰਦੇ 70 ਸਾਲਾਂ ਚ ਕੁਝ ਨਹੀਂ ਹੋਇਆ ਉਹ ਨਾਲ ਆਪਣੇ ਵਾਲੇ ਵੀ ਜੁੜੀ ਜਾਂਦੇ ਆ ਇਹ ਜਿਹੜੀ ਰਿਜ਼ਰਵੇਸ਼ਨ ਹੋਈ ਸੀ ਆਜ਼ਾਦੀ ਤੋਂ ਬਾਅਦ ਕੀਤੀ ਗਈ ਸੀ ਮੈਂ ਇਹਦਾ ਉਦੋਂ ਵਿਰੋਧੀ ਨਹੀਂ ਸੀਗਾ ਜੀ ਵਿਰੋਧੀ ਮੈਂ ਇਹ ਵੀ ਅੱਜ ਵੀ ਨਹੀਂ ਕਹਿੰਦਾ ਕਿ ਕਿਉਂਕਿ ਸਰਕਾਰਾਂ ਨੇ ਚੇਂਜ ਕਰਨਾ ਮੇਰੇ ਵਿਰੋਧ ਕਰਨ ਦੇ ਨਾਲ ਕੀ ਹੋ ਜਾਣਾ ਤੁਹਾਨੂੰ ਲੱਗਦਾ ਕਿ ਇੰਨੇ ਸਾਲਾਂ ਦੇ ਵਿੱਚ 7 ਦਹਾਕੇ ਬੀਤ ਗਏ ਕੁਝ ਅਪ ਹੋਏ ਇਹ ਜਿਹੜੀਆਂ ਜਿਹੜੀਆਂ ਦਬੀਆਂ ਕੁਚਲੀਆਂ ਛਰੇੜੀਆਂ ਸੀਗੀਆਂ ਜੀ ਮੈਂ ਕੋਈ ਜਾਤ ਦਾ ਲਫ਼ਜ਼ ਨਹੀਂ ਵਰਤਦਾ ਹੁੰਦਾ ਕਦੇ ਵੀ ਮੇਰੀ ਆਦਤ 'ਚ ਸ਼ਾਮਲ ਨਹੀਂ ਗਿਆ ਕੌਣ ਕਿਹੜਾ ਜਾਤ ਹੈ ਜਿਹੜੇ ਦਬੇ ਕੁਚਲੇ ਲੋਕ ਸੀਗੇ ਉਹ ਅਪ ਹੋਏ ਕਿਸੇ ਜਗ੍ਹਾ ਦੇਤੇ ਕਿਉਂਕਿ ਅੱਜ ਤਾਂ ਬੜੀਆਂ ਚੰਗੇ ਅਹੁਦਿਆਂ ਤੇ ਬੈਠੇ ਨੇ ਦੇਖੋ 26 ਜਨਵਰੀ 1950 ਤੋਂ ਬਾਅਦ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਉਹਦੇ ਨਾਲ 10 ਸਾਲਾਂ ਦੇ ਲਈ ਜਿਹੜੀ ਰੈਜ਼ਰਵੇਸ਼ਨ ਹੈ ਰਾਖਮਕਰਨ ਕੀਤਾ ਗਿਆ ਸੀਗਾ। ਔਰ ਪੋਲੀਟੀਕਲ ਬੰਦਿਆਂ ਦੀ ਬਦਨੀਤੀ ਹੈ ਕਿ ਉਸ ਨੂੰ ਉਹਨਾਂ ਨੇ ਕੰਟੀਨਿਊ ਰੱਖਿਆ ਕਿਉਂਕਿ ਪੋਲੀਟੀਸ਼ੀਅਨ ਨੇ ਉਹ ਇਮਾਨਦਾਰ ਨਹੀਂ ਹੈਗੇ ਔਰ ਇਸ ਗੱਲ ਨੂੰ ਆਪਣੇ ਵੋਟ ਦੇ ਹਥਿਆਰ ਦੇ ਤੌਰ ਤੇ ਉਹਨਾਂ ਨੂੰ ਵਰਤਣਾ ਚਾਹੁੰਦੇ ਨੇ ਕਿਉਂਕਿ ਸਮਾਜਿਕ ਤੌਰ ਤੇ ਜਿਹੜਾ ਪਛੜਾਪਾਣਾ ਉਸ ਦੇ ਆਧਾਰ ਤੇ ਇਹਨਾਂ ਨੂੰ ਕਿਉਂਕਿ ਸਦੀਆਂ ਤੋਂ ਇਹਨਾਂ ਦੇ ਨਾਲ ਜ਼ੁਲਮ ਜਾਤੀ ਹੋਈ ਹੈ ਤੱਕਾ ਹੋਇਆ ਹੈ ਇਹਨਾਂ ਨੂੰ ਇਸ ਸਾਰੇ ਸੁਵਿਧਾਵਾਂ ਮਤੋਂ ਦੂਰ ਰੱਖਿਆ ਗਿਆ ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਲਤਾੜਿਆ ਗਿਆ ਪਛਾੜਿਆ ਗਿਆ ਔਰ ਉਹਨਾਂ ਦੇ ਨਾਲ ਹੀਣ ਭਾਵਨਾ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਉਹਨਾਂ ਲਈ ਰਾਖਮਕਰਨ ਮਿਲਿਆ ਸੀ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਦੇ ਹਾਲਾਤੇ ਆ ਕਿ ਜੱਟ ਵੀ ਕਹਿੰਦਾ ਕਿ ਮੈਨੂੰ ਰਾਖਵਾ ਕਰਨ ਮਿਲਣਾ ਚਾਹੀਦਾ ਗੁੱਜਰ ਵੀ ਕਹਿੰਦੇ ਨੇ ਪਟੇਲ ਵੀ ਕਹਿੰਦੇ ਨੇ ਮਰਾਠੇ ਵੀ ਸਾਰੇ ਲੋਕਾਂ ਨੂੰ ਇਹ ਗੱਲ ਹੋ ਗਈ ਕਿ ਸਾਨੂੰ ਰਾਖਵਾ ਇਵਨ ਕਿ ਬ੍ਰਾਹਮਣ ਵੀ ਕਹਿਣ ਲੱਗੇ ਕਿ ਸਾਨੂੰ ਵੀ ਰਾਖਵਾ ਕਰਨ ਮਿਲਣਾ ਚਾਹੀਦਾ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੁੰਦਾ ਕਿ 70 ਸਾਲ ਹੋ ਗਏ 70 ਸਾਲਾਂ ਦੇ ਵਿੱਚ ਤਾਂ ਰਾਖਵਾ ਕਰਨ ਵਾਲਿਆਂ ਦੀ ਲਿਸਟ ਨੂੰ ਘਟਣਾ ਚਾਹੀਦਾ ਸੀ ਜਿਹੜੀਆਂ ਜਾਤਾਂ ਨੇ ਉਹਨਾਂ ਦੀ ਅਪਲਿਫਟਮੈਂਟ ਹੋਣੀ ਚਾਹੀਦੀ ਉਲਟਾ ਤੇ ਉਹਨਾਂ ਦੇ ਵਿੱਚ ਦੂਸਰੀਆਂ ਇਕਨੋਮਿਕ ਲੀ ਬੈਕਵਰਡ ਨੇ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਨੇ ਉਹਨਾਂ ਨੂੰ ਵੀ ਇਨਕਲੂਡ ਕਰ ਦਿੱਤਾ ਗਿਆ ਤੇ ਇਸ ਦਾ ਮਤਲਬ ਕੀ ਅਸੀਂ ਜਾ ਕਿੱਥੇ ਰਹੇ ਹਾਂ ਕਿਸ ਪਾਸੇ ਨੂੰ ਅਸੀਂ ਦੇਸ਼ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਸਮਾਨਤਾ ਸੁਤੰਤਰਤਾ ਭਾਈਚਾਰੇ ਦੀ ਅਸੀਂ ਗੱਲ ਕਰਦੇ ਹਾਂ ਬਰਾਬਰਤਾ ਦੀ ਗੱਲ ਕਰਦੇ ਹਾਂ ਹੁਣ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਅਸੀਂ ਕਿੱਥੇ ਖੜੇ ਹਾਂ ਸਾਨੂੰ ਬੜਚੋਲ ਕਰਨਾ ਚਾਹੀਦਾ ਹੈ ਕਿ ਅਸੀਂ ਜਿਨ੍ਹਾਂ ਲੋਕਾਂ ਦੇ ਨਾਲ ਸਦੀਆਂ ਤੋਂ ਇਸ ਤਰੀਕੇ ਦੇ ਨਾਲ ਵਿਵਹਾਰ ਅੱਜ ਵੀ ਜਾਰੀ ਹੈ ਔਰ ਜਦੋਂ ਤੱਕ ਇਸ ਦੇਸ਼ ਵਿੱਚ ਵੇਦ ਗ੍ਰੰਥ ਸਿਮਰਤੀਆਂ ਨੇ ਉਦੋਂ ਤੱਕ ਜਾਤੀ ਦੇ ਆਧਾਰ ਤੇ ਰਾਖਵਾਕਰਨ ਰਹੇਗਾ ਕਿਉਂਕਿ ਜਾਤੀ ਦੇ ਆਧਾਰ ਤੇ ਜਿਹੜਾ ਰਾਖਵਾ ਕਰਨਾ ਹੈ ਇਸ ਦੇਸ਼ ਦਾ ਰਾਸ਼ਟਰਪਤੀ ਵੀ ਬਣ ਜਾਏ ਉਹਨੂੰ ਜਾਤੀ ਦੇ ਆਧਾਰ ਤੇ ਉਹਦਾ ਅੰਕਲਨ ਹੋਏਗਾ ਇਸ ਦੇਸ਼ ਦਾ ਜਿਹੜਾ ਚੀਫ ਜਸਟਿਸ ਹੈ ਇਸ ਦੇਸ਼ ਦਾ ਮਨਿਸਟਰ ਵੀ ਹੈ ਉਹਨੂੰ ਵੈਲਫੇਅਰ ਡਿਪਾਰਟਮੈਂਟ ਹੀ دیا ਜਾਏਗਾ ਉਹਨ ਦੂਸਰਾ ਡਿਪਾਰਟਮੈਂਟ ਨਹੀਂ دیا ਜਾਏਗਾ ਕਿਉਂਕਿ ਇਹੇ ਜੇ ਹਾਲਾਤ ਕਿਉਂ ਬਣੇ ਵਿਨੇ ਕਿ ਅਸੀਂ ਆਪਣੀ ਮਾਨਸਿਕਤਾ ਕਿਉਂ ਨਹੀਂ ਬਦਲਣਾ ਚਾਹੁੰਦੇ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਚਾਹੀਦੀ ਜਿਸ ਹਾਲਾਤ ਜਿase ਬਣ ਕੇ ਆਏ ਆ ਉਹਨਾਂ ਹਾਲਾਤਾਂ ਨੂੰ ਅਸੀਂ ਚੇਂਜ ਨਹੀਂ ਕਰਨਾ ਚਾਹੁੰਦੇ ਜਦੋਂ ਅੰਤਰਜਾਤੀ ਵਿਆਹ ਹੁੰਦੇ ਨੇ ਤਾਂ ਉੱਥੇ ਸੋਸ਼ਲ ਬਾਈਕਾਟ ਹੁੰਦੇ ਨੇ ਕਤਲ ਤੱਕ ਹੋ ਜਾਂਦੀ ਨੇ ਲੇਕਿਨ ਕੋਈ ਜ਼ੁਬਾਨ ਖੋਲਣ ਨੂੰ ਤਿਆਰ ਨਹੀਂ ਲੇਕਿਨ ਪੋਲੀਟੀਕਲ ਪਾਰਟੀਆਂ ਪਰ ਜਿਹੜੀਆਂ ਜਿਹੜੀਆਂ ਤੁਹਾਡੇ ਵਰਗੀਆਂ ਜਥੇਬੰਦੀਆਂ ਨੇ ਉਹ ਬਜਾਏ ਇਹਦੇ ਕਿ ਇਸ ਗੱਲ ਦੇ ਵਾਸਤੇ ਲੜਨ ਕਿ ਜਿਹੜੀਆਂ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਨੇ ਤੁਸੀਂ ਉਹਨਾਂ ਨੂੰ ਰਾਖਮਾ ਕਰਨ ਦਿਓ ਜਾਂ ਜਿਹੜੀ ਤੁਸੀਂ ਗੱਲ ਕੀਤੀ ਵਿਆਹਾਂ ਦੀ ਖਾ ਪੰਚਾਇਤਾਂ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਜਥੇਬੰਦੀਆਂ ਤੁਹਾਡੇ ਵਰਗੀਆਂ ਸੰਘਰਸ਼ ਕਰਦੀਆਂ ਨੇ ਉਹ ਕਦੀ ਨਹੀਂ ਬੋਲਦੀਆਂ ਆਰਡਰ ਦਿੰਦੀਆਂ ਨੇ ਉਹਨਾਂ ਤੋਂ ਨਹੀਂ ਦੇਖੋ ਜਿੰਨਾ ਕਿ ਸਾਡਾ ਮੋਸਟਲੀ ਬੇਸ ਹੈ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜੋ ਗੱਲ ਕਰਦੇ ਆ ਬੜਾ ਬਿਬਾਗ ਕਰਦੇ ਆ ਮੈਂ ਪਿਛਲੇ 35 ਸਾਲਾਂ ਤੋਂ ਮੈਂ ਬਹੁਜਨ ਸਮਾਜ ਪਾਰਟੀ 'ਚ ਰਹੀ ਉਸ ਤੋਂ ਬਾਅਦ 2009 ਤੋਂ ਬਾਅਦ ਬਹੁਜਨ ਸਮਾਜ ਪਾਰਟੀ 'ਚ ਕੇ ਸੀ ਚਮਾਰ ਮਹਾਸਭਾ ਬਣਾਈ ਚਮਾਰ ਮਹਾਸਭਾ ਬਣਾਈ ਕਿ ਲੋਕਾਂ ਦੇ ਵਿੱਚ ਜਿਹੜੀ ਹੀਣ ਭਾਵਨਾ ਅਸੀਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਚਮਾਰ ਮਹਾਸਭਾ ਜੇ ਬਣਾਈਏ ਕੋਈ ਜਾਤੀ ਆਧਾਰਿਤ ਲਈ ਨਹੀਂ ਬਣਾਈਤੀ ਕਿ ਜਾਤੀ ਦੇ ਆਧਾਰ ਤੇ ਪਰ ਜੱਟਾਂ ਦਾ ਵੀ ਪ੍ਰੋਬਲਮ ਇਹ ਆ ਜਾਂਦੀ ਤੁਸੀਂ ਨਾ ਉਹਦਾ ਰੱਖ ਲਿਆ ਚਮਾਰ ਮਹਾਸਭਾ ਜੇ ਕੋਈ ਜਨਰਲ ਕੈਟਾਗਰੀ ਵਾਲਾ ਇਹ ਲਫ਼ਜ਼ ਵਰਤਦਾ ਤੇ ਉਹਦੇ ਉੱਤੇ ਪਰਚਾ ਦਰਜ ਨਹੀਂ 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 ਮੈਂ ਤਾਂ ਨਹੀਂ ਗੱਲ ਕਹਿਣਾ ਕਿ ਅਸੀਂ ਜਦੋਂ 2010 ਦੇ ਵਿੱਚ ਚਮਾਰ ਮਹਾਸਭਾ ਬਣਾਈ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜੱਟ ਮਹਾਸਭਾ ਬਣਾਈ ਸਾਡੇ ਤੋਂ ਬਾਅਦ ਕਈ ਹੋਰ ਸੁਭਾਵਾਂ ਬਣੀਆਂ ਪਰ ਜੱਟ ਕਹਿਣ ਨਾਲ ਪਰਚਾ ਦਰਜ ਨਹੀਂ ਹੁੰਦਾ ਨਹੀਂ ਨਹੀਂ ਜੱਟ ਕਹਿਣ ਨਾਲ ਪਰਚਾ ਨਹੀਂ ਦਰਜ ਹੁੰਦਾ ਕਿਉਂਕਿ ਜੋ ਆ ਆਪਣਾ ਪ੍ਰिवेंशन ਆਫ ਪੈਟਰੋਸਿਟੀ ਐਕਟ ਹੈ ਅਨਿਆਇ ਅਤਿਆਚਾਰ ਰੋਕੂ ਐਕਟ ਹੈ ਉਹ ਐਕਟ ਜਿਹੜਾ ਕਦੇ ਸ਼ਡਿਊਲ ਕਾਸਟ ਨੇ ਡਿਮਾਂਡ ਨਹੀਂ ਕੀਤੀ ਕਿ ਵੀ ਇਹ ਸਾਡੇ ਲਈ ਇਹ ਬੜਨਾ ਚਾਹੀਦਾ ਹੈ ਇਹ ਤਾਂ ਪੋਲਿਟিক্যাল ਪਾਰਟੀ ਨੇ ਕਰਿਆ ਨਹੀਂ ਗੱਡਿਆ ਹੈ ਗੌਰਮੈਂਟ ਨੇ ਉਹਨਾਂ ਦਿਨਾਂ ਦੇ ਵਿੱਚ ਕੀਤੀ ਪਹਿਲਾ ਜਿਹੜਾ ਅਛੂਤ ਜਿਹੜਾ ਕਹਿੰਦਾ ਸੀਗਾ ਉਹਨਾਂ ਨੂੰ ਉਹਦੇ ਨਾਲ ਡਿਸਕ੍ਰਿਮੀਨੇਸ਼ਨ 1925 1955 ਤੋਂ ਬਾਅਦ ਉਹ ਹੋਂਦ ਵਿੱਚ ਆਇਆ ਲੇਕਿਨ ਉਸ ਤੋਂ ਬਾਅਦ ਪਰਮਿਸ਼ਨ ਆਫ ਐਕਟਰੋਸਿਟੀ ਐਕਟ ਆਇਆ ਲੇਕਿਨ ਅਸੀਂ ਇਹ ਗੱਲ ਉਹਨਾਂ ਨੂੰ ਇਹ ਲੱਗਿਆ ਕਿ ਜਿਹੜਾ ਇਹ ਇਹ ਜੇ ਕਾਨੂੰਨ ਪਾਰਲੀਮੈਂਟ ਵੱਲੋਂ ਪਾਸ ਹੋਣ ਦੇ ਬਾਵਜੂਦ ਵੀ ਅੱਜ ਵੀ ਉਹਨਾਂ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਜਦੋਂ ਕਿ ਸੁਧਾਰ ਚਾਹੀਦਾ ਹੈ ਕਿ ਲੋਕਾਂ ਵਿੱਚ ਬਰਾਬਰੀ ਤਰਮੀਮ ਜਿਹੜੀ ਹੋ ਗਈ ਚੋਦ ਹੋ ਗਈ ਪਰ ਆਹ ਜਿਹੜੀਆਂ ਤਰਮੀਮਾਂ ਸ਼ਰਮਾ ਜੀ ਮੈਂ ਖਤ ਹੱਥੋਂ ਇਹ ਜਾਨਣਾ ਚਾਹੁੰਦਾ ਜਿਹੜੇ ਐਕਚੁਅਲੀ ਜਿਹੜੇ ਦਬੀਆਂ ਕੁਚਲੀਆਂ ਜਿਹੜੇ ਲੋਕ ਨੇ ਜੀ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਬਾਬੂ ਕਾਸ਼ੀਰਾਮ ਜੀ ਉੱਠੇ ਬੜਾ ਕੰਮ ਕੀਤਾ ਉਹਨਾਂ ਨੇ ਇਹ ਮੰਨਣ ਵਾਲੀ ਗੱਲ ਹੈ ਕਿ ਉਹਨਾਂ ਨੇ ਬਹੁਤ ਕੰਮ ਕੀਤਾ ਪਰ ਮੁੜ ਕੇ ਜਿਹੜੀ ਵਾਗਡੋਰ ਸੀ ਉਹਨਾਂ ਲੋਕਾਂ ਦੇ ਹੱਥਾਂ 'ਚ ਆ ਗਈ ਇਹ ਕਿਹਾ ਜਾਂਦਾ ਕਿ ਉਹ ਇੰਨੇ ਕਮੀਰ ਹੋ ਜਾਂਦੇ ਆ ਕਿ ਉਹ ਜਿਹੜੇ ਵਿਚਾਰੇ ਦਬੇ ਕੁਚਲੇ ਉਹਨਾਂ ਦੇ ਮਸਲੇ ਉਹਨਾਂ ਨੂੰ ਜਿਹੜਾ ਜੀ ਉਹ ਭੁੱਲ ਜਾਂਦੇ ਆ ਸੋ ਸਹੀ ਲੀਡਰਸ਼ਿਪ ਜਿਹੜੀ ਦੀ ਉਹ ਨਾਮ ਮਿਲ ਸਕਣੀ ਉਹਦੇ ਵਿੱਚੋਂ ਫਿਰ ਇਹ ਰਾਖਵਾਕਰ ਨਿਕਲਿਆ ਐਕਚੁਅਲੀ ਇਹਦਾ ਇਹ ਹੈ ਕਿ ਜਿਹੜੀ ਆਪਾਂ ਗੱਲ ਕਰਦੇ ਕੈਨਸਰ ਵੀ ਉਹੀ ਗੱਲ ਕਰ ਰਹੇ ਨੇ ਜਿਨ੍ਹਾਂ ਲੋਕਾਂ ਵਾਸਤੇ ਰਿజర్ਵੇਸ਼ਨ ਲਾਗੂ ਕੀਤੀ ਗਈ ਸੀ ਹਮ ਉਹਨਾਂ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲਿਆ ਇਹ ਵਰਗ ਦੇ ਵਿੱਚ ਇੱਕ ਕ੍ਰੀਮੀ ਲੇਅਰ ਪੈਦਾ ਹੋ ਗਈ ਹੈ ਜਿਹੜੀ ਕਿ ਪੀੜੀਦਰ ਪੀੜੀ ਇੱਕੋ ਪਰਿਵਾਰ ਜਿਹੜੇ ਨੇ ਉਹ ਰਿਜ਼ਰਵੇਸ਼ਨ ਦਾ ਬੈਨੀਫਿਟ ਲੈ ਲੈ ਰਹੇ ਨੇ ਭਾਵੇਂ ਆਈਐਸ ਅਫਸਰ ਬਣ ਜਵੇ ਪੀਐਸ ਬਣ ਜਵੇ ਐਮਐਲਏ ਬਣ ਜਵੇ ਜੋ ਮਰਜ਼ੀ ਬਣ ਜਵੇ ਉਹਨਾਂ ਨੇ ਬੈਨੀਫਿਟ ਆਪਣੇ ਆਪ ਲੈਂਦੇ ਨੇ ਤੇ ਨਿਚਲੇ ਬੰਦੇ ਤੱਕ ਬੈਨੀਫਿਟ ਪਹੁੰਚਦਾ ਨਹੀਂ ਲੇਕਿਨ ਗੱਲ ਕੀ ਹੈ ਭਾਵੇਂ ਹਣ ਪੜਤਾ ਲਾ ਲਓ ਕੁਝ ਵੀ ਲਾ ਲਓ ਕਿ ਜਦੋਂ ਇਸ ਗੱਲ ਨੂੰ ਇਹ ਆਂਦੀ ਹੈ ਕਿ 10 ਸਾਲ ਬਾਅਦ ਜਿਵੇਂ ਸ਼ੁਰੂ ਦੇ ਵਿੱਚ 10 ਸਾਲ ਵਾਸਤੇ ਰਿਜ਼ਰਵੇਸ਼ਨ ਦਾ ਗੋ ਕੀਤਾ ਗਈ ਸੀ ਲੇਕਿਨ ਇਹ ਪੋਲੀਟੀਕਲ ਸਿਸਟਮ ਬਣ ਗਿਆ ਇਸ ਨੂੰ ਐਕਸਟੈਂਡ ਕਰੀ ਜਾ ਰਹੀ ਹੈ ਲੇਕਿਨ ਜੇ ਅਸੀਂ ਜਦੋਂ ਅਸੀਂ ਇਸ ਨੂੰ ਬੰਦ ਕਰਨ ਦੀ ਗੱਲ ਕਰਾਂਗੇ ਤਾਂ ਸੜਕਾਂ ਤੇ ਫਿਰ ਉਹ ਲੋਕ ਆਣਗੇ ਜਿਨ੍ਹਾਂ ਨੂੰ ਫਾਇਦਾ ਨਹੀਂ ਹੋਇਆ ਕਿਉਂਕਿ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਐਕਸਪਲੋਇਟ ਕਰ ਦਿਆ ਨੇ ਜਿਹੜੇ ਬੰਦਿਆਂ ਨੂੰ ਬੈਨੀਫਿਟ ਮਿਲ ਰਿਹਾ ਉਹ ਤਾਂ ਬੈਨੀਫਿਟ ਲਈ ਜਾਂਦੇ ਨੇ ਇਸ ਕਰਕੇ ਜੇ ਸਰਕਾਰ ਵਾਕਈ ਹੀ ਬੈਨੀਫਿਟ ਦੇਣਾ ਚਾਹੁੰਦੀ ਹੈ ਦਬੇ ਕੁਚਲੇ ਸਾਥੀਆਂ ਨੂੰ ਜਿਨ੍ਹਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਅਸੀਂ ਵੀ ਸਪੋਰਟ ਕਰਦੇ ਆਂ ਮੇਰੀ ਆਰਗੇਨਾਈਜ਼ ਸ਼ੁਰੂ ਤੋਂ ਸਪੋਰਟ ਕਰ ਰਹੀ ਹੈ ਕਿ ਰਿਜ਼ਰਵੇਸ਼ਨ ਸ਼ੁੱਡ ਬੀ ਔਨ ਆਰਥਿਕ ਆਧਾਰ ਹੋਣੀ ਚਾਹੀਦੀ ਹੈ ਇਹ ਕਾਸਟ ਬੇਸ ਤੇ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਕ੍ਰੀਮੀ ਲੀਅਰ ਨੂੰ ਬਾਹਰ ਨਿਕਲਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਫੈਸਲੇ ਨੇ ਕਿ ਜਿਹੜੇ ਰੱਜੇ ਪੁੱਜੇ ਲੋਕ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਤੋਂ ਤੁਸੀਂ ਬਾਹਰ ਕੱਢੋ ਉਸ ਤੋਂ ਲੇਕਿਨ ਕੋਈ ਨਹੀਂ ਕੱਢ ਰਿਹਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਬੈਨੀਫਿਟ ਲੈਣਾ ਹੈ ਉਹ ਆਪੇ ਤਾਂ ਉਹੀ ਤਾਂ ਕਾਨੂੰਨ ਬਣਾਉਂਦੇ ਨੇ ਤੁਹਾਨੂੰ ਲੱਗਦਾ ਕਰਮ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੰਨ ਲਓ ਜੇ 10 ਸਾਲ ਹੀ ਪਹਿਨਾ ਦਿੱਤੀ ਸੀ ਜੇ ਅੱਜ ਵੀ ਰਿਜ਼ਰਵੇਸ਼ਨ ਦਿੰਦੇ ਹੋ ਤੇ ਉਹ ਕੁਝ ਸਾਲਾਂ ਵਾਸਤੇ ਉਸ ਇੱਕ ਪਰਿਵਾਰ ਨੂੰ ਚਾਹੀਦੀ ਆ ਜਾਂ ਜਿਹਨੂੰ ਵੀ ਦਿੱਤੀ ਗਈ ਉਸ ਤੋਂ ਬਾਅਦ ਵਾਪਸ ਲੈ ਲੀਂ ਸੀ ਤਾਂ ਇਹ ਕਹਿੰਦੇ ਕਿ ਜੇ ਤੁਸੀਂ ਨੌਕਰੀਆਂ ਦਾ ਅਸਲ ਮਸਲਾ ਚੱਲ ਰਿਹਾ ਹੈ ਨਾ ਕਿ ਨੌਕਰੀ ਦੇਣੀ ਹੈ ਹਾਲਾਂਕਿ ਇੱਕ ਬੜੀ ਅਜੀਬ ਗੱਲ ਆਈ ਹੈ ਹੁਣ ਨੌਕਰੀ ਹੈ ਕਿੱਥੇ ਹੁਣ ਅਜੀਬ ਗੱਲ ਆਈ ਹੈ ਇਹ ਵੀ ਇਹ ਵੀ ਇੱਕ ਬੜੀ ਤਕੜੀ ਸਾਜ਼ਿਸ਼ ਹੈ ਕਿ ਜਦੋਂ ਜਨਰਲ ਕੈਟਾਗਰੀ ਨੂੰ ਰਿਜ਼ ਨੂੰ ਉਦੋਂ ਇਹ ਡਿਬੇਟ ਸ਼ੁਰੂ ਹੋਇਆ ਹੈ ਕਿ ਜੀ ਨੌਕਰੀਆਂ ਤਾਂ ਹੈ ਹੀ ਨਹੀਂ ਵੀ ਜੇ ਨੌਕਰੀਆਂ ਨਹੀਂ ਹੈਗੀ ਤੇ ਜੇ ਪਹਿਲਾਂ ਲੋਕਾਂ ਨੇ ਕਿਉਂ ਨਹੀਂ ਬੋਲਿਆ ਇਹ ਗੱਲ ਇਹ ਗੱਲ ਪਹਿਲਾਂ ਬੋਲਣੀ ਚਾਹੀਦੀ ਸੀ ਕੋਈ ਪੋਲੀਟੀਕਲ ਪਾਰਟੀ ਪਹਿਲਾਂ ਨਹੀਂ ਬੋਲੀ ਵੀ ਜੇ ਨੌਕਰੀਆਂ ਨਹੀਂ ਵੀ ਤੁਸੀਂ ਰਿਜ਼ਰਵੇਸ਼ਨ ਕਿਉਂ ਦੇ ਰਹੇ ਹੋ ਰਿਜ਼ਰਵੇਸ਼ਨ ਬੰਦ ਕਰੋ ਰਿਜ਼ਰਵੇਸ਼ਨ ਇਹ ਬੰਦ ਕਰ ਨਹੀਂ ਸਕਦੇ ਇਹ ਰਿਜ਼ਰਵੇਸ਼ਨ ਦਾ ਆਧਾਰਾ ਤੇ ਇਹ ਵਧਾਉਂਦੇ ਜਾ ਰਹੇ ਨੇ ਨਾ ਪਹਿਲਾਂ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਸੀ ਮੰਡਲ ਆਇਆ ਫਿਰ ਬੈਕਵਰਡ ਕਲਾਸਿਸ ਤੇ OBC ਦੀ ਰਿਜ਼ਰਵੇਸ਼ਨ ਸ਼ੁਰੂ ਹੋਈ ਉਸ ਤੋਂ ਬਾਅਦ ਨਵੇਂ ਅੰਦੋਲਨ ਚੱਲੇ ਨੇ ਜਾਟ ਅੰਦੋਲਨ ਚੱਲਿਆ ਗੁੱਜਰ ਅੰਦੋਲਨ ਚੱਲਿਆ ਪਟੇਲ ਚੱਲਿਆ ਮਰਾਠਾ ਅੰਦੋਲਨ ਚੱਲਿਆ ਉਹ ਵੀ ਸਾਰੇ ਮੰਗ ਰਹੇ ਹੁੰਦਾ ਇਹ ਹੋ ਗਿਆ ਕਿ ਜਿਹੜਾ ਇਹ ਰਿਜ਼ਰਵੇਸ਼ਨ ਮੰਗਣਾ ਇੱਕ ਪ੍ਰਿਵੀਲੇਜ ਕਲਾਸ ਵਾਲੀ ਗੱਲ ਹੋ ਗਈ ਕਿ ਯਾਰ ਆਪਾਂ ਵੀ ਰਿਜ਼ਰਵੇਸ਼ਨ ਲੈ ਲਈਏ ਆਪਾਂ ਨੂੰ ਕਿਤੇ ਨਾ ਕਿਤੇ ਨੌਕਰੀ ਮਿਲ ਜਾਵੇ ਕੁਛ ਨਾ ਕੁਛ ਹੋ ਜਾਵੇ ਆਪਾਂ ਰਿਜ਼ਰਵੇਸ਼ਨ ਮੰਗਣੀ ਸ਼ੁਰੂ ਕਰ ਦਿਓ ਪਤਾ ਮੰਗਣ ਵਾਲਿਆਂ ਨੂੰ ਵੀ ਆ ਕਿ ਨੌਕਰੀਆਂ ਤਾਂ ਹੈ ਨਹੀਂ ਲੇਕਿਨ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਜੇ ਸਹੀ ਮੈਨੇ ਦੇਖਿਆ ਜਾਵੇ ਆਪਣੀ ਕਮਿਊਨਿਟੀ ਨੂੰ ਆਰਗੇਨਾਈਜ਼ ਕਰ ਰਹੇ ਨੇ ਸਾਰੇ ਕਿ ਤੁਸੀਂ ਵੀ ਆਰਗੇਨਾਈਜ਼ ਹੋ ਤੁਸੀਂ ਵੀ ਹੋ ਜਾਓ ਤੁਸੀਂ ਵੀ ਸਰਕਾਰ ਕੋਲੋਂ ਕੁਝ ਲੈ ਲਓ ਤੁਸੀਂ ਵੀ ਲੈ ਲਓ ਤੇ ਮੰਗਣ ਵਾਲੇ ਪਾਸੇ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੇ ਇਸੇ ਤਰੀਕੇ ਦੇ ਨਾਲ ਇਹ ਵਧੀ ਗਿਆ ਸਾਰਾ ਕੁਝ ਮੁਲਕ ਜਿਹੜਾ ਜੀ ਉਹ ਤਾਂ ਕਈ ਹਿੱਸਿਆਂ ਦੇ ਵਿੱਚ ਵੰਡਣ ਵਾਲ ਲੁਕੀ ਤੇ ਡਿਮਾਂਡ ਕਰਨ ਲੱਗੇ ਨੇ ਲੁਕੀ ਤਾਂ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਅਲੱਗ ਦੇ ਦਿਓ ਸਾਨੂੰ ਅਲੱਗ ਕੰਟਰੀ ਦੇ ਦਿਓ ਹਰੇ ਦੇ ਵਾਸਤੇ ਪੋਲੀਟਿਕਲ ਲੀਡਰ ਜਿਹੜੇ ਸਾਡੇ ਨੇ ਉਹ ਜ਼ਿੰਮੇਵਾਰ ਹੋਣਗੇ ਜਿਹੜੇ ਕਾਸਟਿਜ਼ਮ ਨੂੰ ਇੰਨਾ ਵਧਾਰੇ ਨੇ ਤੁਸੀਂ ਲੋਕ ਸਭਾ ਵਾਸਤੇ ਬੰਦਾ ਖੜਾ ਕਰਨਾ ਐਮ ਐਲ ਏ ਖੜਨਾ ਕਾਉਂਸਲ ਕਰਦਾ ਪਹਿਲਾਂ ਤੁਸੀਂ ਸੋਚਦੇ ਕਿ ਉਸ ਏਰੀਏ ਦੇ ਵਿੱਚ ਕਿੰਨੇ ਜਾਤ ਦੇ ਕਿਹੜੀ ਜਾਤ ਦੇ ਲੋਕੀ ਨੇ ਕਿੰਨੇ ਵੋਟਾਂ ਮਿਲਣਗੀਆਂ ਕਿਵੇਂ ਹੋਏਗਾ ਉਸ ਬੰਦੇ ਨੂੰ ਖੜਾ ਕਰੀਏ ਤੇ ਬ੍ਰਾਹਮਣ ਵੋਟ ਹੈ ਕਿ ਗੁੱਜਰ ਵੋਟ ਹੈ ਕਿ ਪਾਣੀਆਂ ਦੀ ਵੋਟ ਹੈ ਜਾਂ ਜਾਟ ਵੋਟ ਹੈ ਸਾਰਾ ਸਿਸਟਮ ਹੀ ਕਾਸਟਿਜ਼ਮ ਤੇ ਚੱਲ ਰਿਹਾ ਹੈ ਤੇ ਲੋਕੀ ਕਹਿੰਦੇ ਸਾਰੇ ਇਹ ਨੇ ਕਿ ਕਾਸਟ ਸਿਸਟਮ ਖਤਮ ਹੋਣਾ ਚਾਹੀਦਾ ਸਿਸਟਮ ਸਾਰਾ ਹੀ ਕਾਸਟ ਵਿੱਚ ਤੇ ਚੱਲ ਰਿਹਾ ਹੈ ਇਸ ਕਰਕੇ ਅਸੀਂ ਤਾਂ ਸਿਰਫ ਇਹ ਹੈ ਸਾਨੂੰ ਵੀ ਪਤਾ ਹੈ ਅਰੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਨਰਲ ਕੈਟਾਗਰੀ ਨੂੰ ਹੱਦ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਪੁੱਛਿਆ ਇਹ ਇਹ ਜੀ ਮਤਰਈ ਕਲਾਸ ਹੈ ਜਿਸ ਨੂੰ ਕੋਈ ਰੈਗਨਾਈਜ਼ ਨਹੀਂ ਕਰਦਾ ਉਹੀ ਵੀ ਇਹ ਤਾਂ ਸ਼ੁਕਰ ਕਰੋ ਕਿ ਸੀ ਬੰਦਿਆਂ ਨੂੰ ਪਹਿਲੀ ਵਾਰੀ ਸਮਝਾਇਆ ਆਪਣੇ ਨੂੰ ਜਿਹੜਾ ਸਾਡੇ ਤੇ ਜਿਹੜਾ ਹੋਇਆ ਸਾਡੇ ਬੰਦੇ ਥੋੜੇ ਜਿਹੜੇ ਆਰਗੇਨਾਈਜ਼ ਹੋਏ ਨੇ ਉਹ ਐਸਸੀ ਐਸਟੀ ਐਕਟ ਕਰਕੇ ਆਰਗੇਨਾਈਜ਼ ਹੋਏ ਨੇ ਜਿਹੜੇ ਪਿੰਡਾਂ 'ਚ ਆਰਗੇਨਾਈਜ਼ ਹੋਏ ਨੇ ਜਦੋਂ ਐਸਸੀ ਐਸਸੀ ਐਕਟ ਦੇ ਬਾਰੇ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਸਿਰਫ ਇੰਨਾ ਕਿਹਾ ਗਿਆ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਕਿਸੇ ਵੀ ਜਨਰਲ ਕੈਟਾਗਰੀ ਦੇ ਵਿਅਕਤੀ ਨੂੰ ਫੜ ਕੇ ਸਟੇਟ 'ਵੇ ਕੈਦ ਨਾ ਕਰੋ ਜੇਲ੍ਹ 'ਚ ਨਾ ਸੁੱਟੋ ਪਲੀਜ਼ ਇਨਕੁਆਰੀ ਕਰ ਲਓ ਕਿ ਜਾਂਚ ਪੜਤਾਲ ਕਰ ਲਓ ਪੁੱਛ ਪੜਤਾਲ ਕਰ ਲਓ ਦਾ ਕਸੂਰ ਹੈ ਫੜਕੇ ਨਦਰ ਦੇ ਦੇ ਨਹੀਂ ਤਾਂ ਨਾ ਸੀ ਉਹ ਜਦੋਂ ਆਈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਦੇਖੋ ਕਿੰਨੀ ਡਿਮੋਨਸਟ੍ਰੇਸ਼ਨ ਹੋਈ ਕੰਟਰੀ ਦੇ ਵਿੱਚ ਬੰਦ ਹੋਇਆ ਸਭ ਕੁਝ ਹੋਇਆ ਇਹ ਵੀ ਬੜੀ ਅਜੀਬ ਜੀ ਗੱਲ ਲੱਗਦੀ ਹੈ ਕਿ ਜਿਹਨਾਂ ਲੋਕਾਂ ਨੂੰ ਤੁਸੀਂ ਦਬੇ ਕੁਚਲੇ ਕਹਿੰਦੇ ਹੋ ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਡਿਮੋਨਸਟ੍ਰੇਸ਼ਨ ਕੀਤੀ ਬੜੀ ਵੱਡੀ ਡਾਂਗਾ ਚੱਕ ਕੇ ਹੋਰ ਬੜਾ ਕੁਝ ਹੋਇਆ ਕਿੱਡੇ ਕਿੱਡੇ 2 2 5 5 ਲੱਖ ਦੇ ਮੋਟਰਸਾਈਕਲ ਸੀ ਸਭ ਕੁਝ ਹੀ ਤੁਹਾਨੂੰ ਪਤਾ ਹੈ ਕਿਉਂਕਿ ਉਹਦੇ ਵਿੱਚ ਕ੍ਰੀਮੀ ਲੇਅਰ ਦੇ ਪਰਸਨ ਇਨਵੋਲਵ ਹੋ ਗਏ ਬੰਦੇ ਤਾਂ ਉਹੀ ਇਨਵੋਲਵ ਹੋਣੇ ਨੇ ਅਰੇ ਐਸਸੀਐਸਟੀ ਐਕਟ ਦੀ ਦੇ ਉਸ ਦੇ ਬਾਰੇ ਜਜਮ ਦਾਸ ਨਮਾ ਐਕਚੁਅਲੀ ਦੇ ਪਿੱਛੇ ਉਹ ਰੋਕ ਸੀ ਜਿਹੜੇ ਚਾਹੁੰਦੇ ਸੀ ਕਿ ਰਿਜ਼ਰਵੇਸ਼ਨ ਕਿਤੇ ਮੋਦੀ ਸਰਕਾਰ ਖਤਮ ਨਾ ਕਰ ਦੇਵੇ ਇਹ ਰਿਜ਼ਰਵੇਸ਼ਨ ਵਾਲਾ ਗੁੱਸਾ ਇੱਧਰ ਕੱਢ ਲਓ ਐਸ்சி ਐਸਟੀ ਐਕਟ ਦੇ ਵਿੱਚ ਤੇ ਉਹਨਾਂ ਨੇ ਉਸ ਕਰਕੇ ਕਰਿਆ ਮੋਦੀ ਸਰਕਾਰ ਇਹ ਇੰਨੀ ਕਮਲੀ ਰਹੀ ਕਿ ਇਹਨਾਂ ਨੇ ਨਾਲ ਦੀ ਨਾਲ ਬਿਨਾ ਗਜ਼ਮਨ ਕੀਤੀ ਉਹ ਮੰਡ ਕਰਦਾ ਜਦੋਂ ਮੰਡ ਕਰਤਾ ਫੇਰ ਸਾਡੇ ਜਿਹੜਾ ਸਰ ਗੁੱਸਾ ਆਇਆ ਔਰ ਉਹ ਗੁੱਸਾ ਜਿਹੜਾ ਅਸੀਂ ਕੱਢਿਆ ਦੇਨ ਸਟੇਟਾਂ ਦੇ ਵਿੱਚ ਜਿਹੜਾ ਅਸੀਂ ਭਾਜਪਾ ਨੂੰ ਹਰਾਇਆ ਅਸੀਂ ਜਦੋਂ ਹਰਾਇਆ ਤਾਂ ਇਹ ਸਾਡੇ ਬਾਰੇ ਗੱਲ ਕੀਤੀ ਅਦਰ ਵਿੱਚ ਸਾਡੇ ਬਾਰੇ ਕਿਸੇ ਨੇ ਗੱਲ ਨਹੀਂ ਕਰਨੀ ਸੀ ਇਹ ਜਿਹੜਾ 10% ਬੈਨੀਫਿਟ ਦਿੱਤਾ ਗਿਆ ਆਪਾਂ ਇਹਨੂੰ ਪ੍ਰੈਕਟੀਕਲੀ ਥੋੜੀ ਜਿਹਾ ਇਹਨੂੰ ਵੀ ਕਰ ਲਈ ਦੂਜੇ ਪਾਸੇ ਜਿਆਦਾ ਤੁਰਪੇ ਅਸੀਂ 10% ਜਿਹੜਾ ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤਾ ਸਾਨੂੰ ਦਿੱਤਾ ਕੀ ਹੈ 50% ਸਾਨੂੰ ਆਲਰੇਡੀ ਮਿਲਦਾ ਸੀ ਮੈਰਿਟੋਰੀਅਸ ਪੀਪਲ ਵਾਸਤੇ ਮੈਰਿਟ ਵਾਲਿਆਂ ਵਾਸਤੇ 50% ਆਲਰੇਡੀ ਰਿਜ਼ਰਵੇਸ਼ਨ ਹੈ ਦੂਜੀ 49.5 ਇਹਦੇ ਚੋਂ ਕੱਢ ਕੇ ਦੇਤਾ ਜਾਂ ਚੋਂ ਕੱਟ ਕੇ ਸਾਨੂੰ 10% ਦੇ ਦਿੱਤਾ ਸੰ ਤਾਂ ਕੁਝ ਦਿੱਤਾ ਹੀ ਨਹੀਂ ਲੇਕਿਨ ਅਸੀਂ ਸਿਰਫ ਇਸ ਗੱਲ ਤੇ ਖੁਸ਼ ਹੈ ਕਿ ਪਹਿਲੇ ਵਾਰੀ ਪ੍ਰੈਜ਼ੀਡੈਂਟ ਉੱਥੇ ਪਾਰਲੀਮੈਂਟ ਵਿੱਚ ਇੱਕ ਗੱਲ ਹੋਈ ਕਿ ਜਨਰਲ ਕੈਟੇਗਰੀ ਵਾਲੇ ਵੀ ਗਰੀਬ ਹੈ ਬਰਾਮਣ ਵੀ ਗਰੀਬ ਹੈ ਬਾਨੀਏ ਵੀ ਗਰੀਬ ਹੈ ਇਨਕਾ ਵੀ ਧਿਆਨ ਰੱਖਣਾ ਚਾਹੀਏ ਇਸ ਲਈ ਅਸੀਂ ਇਨਕਾ ਧਿਆਨ ਰੱਖ ਰਹੇ ਹਾਂ ਬਸ ਇਤਨਾ ਜੀ ਸਰਮਜੀ ਬਹੁਤ ਬਹੁਤ ਵਧੀਆ ਪੁਆਇੰਟ ਤੁਸੀਂ ਜਿਹੜਾ ਜੋ ਉਠਾਇਆ ਕਿ ਉਹ ਦੇ ਵਿੱਚੋਂ ਕੱਟ ਕੇ ਜਿਹੜਾ ਦੀ ਉਹ 40% ਦਿੱਤਾ ਦੋ ਰੋਟੀਆਂ ਨੇ ਤੁਹਾਡੀਆਂ ਅੱਧੀ ਕੱਟ ਕੇ ਜਿਹੜੀ ਜੀ ਕਹਿੰਦੀ ਆਹ ਖਾਸ ਤੌਰ ਦੇ ਤੇ ਤੁਹਾਡੇ ਲਈ ਹੈ ਹੀ ਤੁਹਾਡੇ ਲਈ ਉਹ ਪਰ ਇਹ ਜਿਹੜੀ ਐਕਚੁਅਲੀ ਜਿਹੜਾ ਕੋਟਾ ਹੈ ਰਾਖਵਾਕਰਨ ਹੈ ਇਹਨੇ ਕਿਵੇਂ ਜਿਹੜਾ ਦੀ ਉਹ ਡੈਮੇਜ ਕੀਤਾ ਨਵੀਂ ਜਿਹੜੀ ਯੂਥ ਹੈ ਉਹਨੂੰ ਉਹਨੂੰ ਖਾਸ ਤੌਰ ਯੂਥ ਨਵੀਂ ਪੀੜ੍ਹੀ ਨੂੰ ਉਹ ਕਿਉਂ ਵਿਦੇਸ਼ਾਂ ਨੂੰ ਜਿਹੜਾ ਦੀ ਉਹ ਭੱਜ ਗਈ ਇਹ ਪਿੱਛੇ ਕਿਤੇ ਨਾ ਕਿਤੇ ਇਹ ਵੀ ਇੱਕ ਜਿਹੜਾ ਦੀ ਉਹ ਕਾਰਨ ਹੈ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੈਂਪ ਸਾਹਿਬ ਤੋਂ ਇਹਦੇ ਬਾਰੇ ਦੇ ਵਿੱਚ ਜਿਹੜਾ ਦੀ ਉਹ ਜਾਣਾਂਗੇ ਵਾਪਸ ਪਰਤ ਰਹੇ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡਾ ਬ੍ਰੇਕ ਤੋਂ ਬਾਅਦ ਔਰ ਫਾਇਰ ਲਾਈਨ ਦੇ ਵਿੱਚ ਦੋ ਮਹਿਮਾਨ ਮੌਜੂਦ ਨੇ ਮੈਨੂੰ ਫੇਰ ਉਹ ਬਾਰ-ਬਾਰ ਉਹ ਕਹਿਣਾ ਪੈਂਦਾ ਜਿਹੜੀ ਕਿ ਉਹ ਕਿਹੜੀ ਕੈਟਾਗਰੀ ਨੂੰ ਜਿਹੜਾ ਦੀ ਉਹ ਰਿਪਰੈਜ਼ੈਂਟ ਕਰ ਰਹੇ ਨੇ ਅ ਮੈਂ ਸਮਝਦਾ ਕਿ ਦੋਨਾਂ ਦੀ ਗੱਲਬਾਤ ਤੁਸੀਂ ਸੁਣੀ ਹੈ ਜੀ ਦੋਨੋਂ ਇੰਟੈਲੈਕਚੁਅਲ ਵਰਗ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜੀ ਸ਼ੈਡਿਊਲ ਕਾਸਟ ਜਾਂ ਜਿਹੜੀ ਜਨਰਲ ਕੈਟਾਗਰੀ ਨੂੰ ਨਹੀਂ ਮੈਂ ਇਹ ਮੰਨਦੇ ਨਾਲ ਜਿਹੜਾ ਜੀ ਉਹ ਕਹਿ ਸਕਦਾ ਕਿ ਦੋਨੋਂ ਹੀ ਜਿਹੜੇ ਨੇ ਉਹ ਇੰਟੈਲੈਕਚੁਅਲ ਵਿਅਕਤੀ ਨੇ ਕਹਿੰਦਾ ਮੈਂ ਤੁਹਾਡੇ ਤੋਂ ਉਹ ਗੱਲ ਜਿਹੜੀ ਜੀ ਅੱਗੇ ਇਹ ਤੋਰ ਨਹੀਂ ਚਾਹਣਾ ਸਾਡੀ ਬਹੁਤ ਵੱਡੀ ਗਿਣਤੀ ਜਿਹੜੀ ਪੀੜ੍ਹੀ ਹੈ ਸਾਡੀ ਨਵੀਂ ਇੱਕ ਜਨਰੇਸ਼ਨ ਪਹਿਲਾਂ ਤਾਂ ਅੱਤਵਾਦ ਖਾ ਗਿਆ ਇੱਕ ਫਿਰ ਚਿੱਟਾ ਨਿਕਲ ਗਿਆ ਇੱਕ ਜਿਹੜੀ ਪੀੜ੍ਹੀ ਆ ਉਹ ਬਾਹਰ ਚਲੇਗੀ ਕਿਤੇ ਨਾ ਕਿਤੇ ਇਹ ਜਿਹੜੀ ਇਥੇ ਰਾਖਵਾ ਕਰਨਾ ਮੇਰੇ ਬੇਟੇ ਦਾ ਦੋਸਤ ਉਹ ਤਿੰਨ ਵਾਰੀ IAS ਦੇ ਇਗਜ਼ਾਮ ਦੇ ਹਟਿਆ ਇੱਕ ਇੱਕ ਨੰਬਰ ਤੇ ਰਹਿ ਗਿਆ ਹਰ ਵਾਰੀ ਹੁਣ ਉਹਨੇ ਬੋਰੀਆ ਬਿਸਤਰਾ ਬੰਨਿਆ ਹਾਇਆ ਕਿ ਮੈਂ ਇਸ ਮੁਲਕ ਦੇ ਵਿੱਚ ਨਹੀਂ ਰਹਿਣਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਰਾਖਵਾ ਕਰਨ ਸੀਗਾ ਉਹਨੇ ਜਿਹੜੇ ਦੂਜੇ ਸੀਗੇ ਜਿਹੜੇ ਬੱਚੇ ਜਿਹੜੇ ਜਨਰਲ ਕੈਟਾਗਰੀ ਵਾਲੇ ਉਹਨਾਂ ਦਾ ਭਵਿੱਖ ਨਿਗਲਿਆ ਕਿ ਤਨਾ ਕਿ ਮੈਨੂੰ ਇਹਦਾ ਲੱਗਦਾ ਨਹੀਂ ਕਿ ਇਦਾਂ ਦਾ ਹੈ ਕਿ ਜਿਨ੍ਹਾਂ ਉਨੂੰ ਇਸ ਦੇ ਇਸ ਦੇ ਬਸਿਕ ਜਿਹੜੀ ਸਿਸਟਮ ਹੈ ਉਹਨੂੰ ਸਮਝਣਾ ਪਵੇਗਾ ਕਿ ਜੋ ਮਨੁੱਖੀ ਸਮਰਤੀ ਹੈ ਬ੍ਰਾਹਮਣਿਕਲ ਸਿਸਟਮ ਹੈ ਉਸ ਬ੍ਰਾਹਮਣਿਕਲੀ ਸਿਸਟਮ ਨੇ ਇਹਨਾਂ ਲੋਕਾਂ ਨੂੰ ਇੰਨਾ ਨਪੀੜਿਆ ਹੋਇਆ ਇਹਨਾਂ ਇਹਨਾਂ ਕੁਚਲਿਆ ਹੋਇਆ ਕਿ ਉਹਨਾਂ ਲੋਕਾਂ ਨੂੰ ਅਗਰ ਅਜ ਰਾਖਮਾ ਕਰਨ ਦੀ ਸਹੂਲਤ ਮਿਲਦੀ ਹੈ ਸਹੂਲਤ ਮਿਲਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਮਾਜਿਕ ਸਟੇਟਸ ਹੈ ਸਮਾਜਿਕ ਰੁਤਬਾ ਉਹ ਕਦੇ ਵੱਡਾ ਨਹੀਂ ਹੁੰਦਾ ਜੇ ਉਹ ਡਿਪਟੀ ਕਮਿਸ਼ਨਰ ਲੱਗ ਜਾ ਚاہے ਉਹ ਦੇਸ਼ ਦਾ ਮੁੱਖ ਮੰਤਰੀ ਬਣ ਜਾਏ ਉਹਨੇ ਪ੍ਰਧਾਨ ਮੰਤਰੀ ਬਣ ਜਾਏ ਔਰ ਚਾਹੇ ਆਪਣਾ ਸੂਬੇ ਦੇ ਵਿੱਚ ਕਿਤੇ ਮੁੱਖ ਮੰਤਰੀ ਬਣ ਜਾਏ ਲੇਕਿਨ ਜੋ ਸਮਾਜਿਕ ਬਿਵਸਥਾ ਹੈ ਸਾਨੂੰ ਸਮਾਜਿਕ ਚੇਂਜ ਦੀ ਗੱਲ ਕਰਨਾ ਚਾਹੀਦਾ ਹੈ ਅਗਰ ਇਸ ਇਹਨਾਂ ਵਿੱਚ ਬਦਲਾਅ ਚਾਹੋਨੇ ਆ ਬਦਲਾਅ ਤੋਂ ਪਹਿਲਾਂ ਸਿਰਫ ਨੌਕਰੀਆਂ ਤੇ ਰਾਖਵੇਂ ਕਰਨ ਵਾਲਾ ਸਕਦਾ ਨੌਕਰੀਆਂ ਔਰ ਸਮਾਜਿਕ ਜਿਹੜੀ ਇੰਸਟੀਚੂਨ ਨੇ ਉਹਨਾਂ ਦੇ ਵਿੱਚ ਰਾਖਵਾਕਰਨ ਮਿਲਦਾ ਹੈ ਕਿਉਂਕਿ ਉਹਦੇ ਨਾਲ ਨਾਲ ਕਦੇ ਪੋਲੀਟੀਕਲੀ ਜਿਹੜਾ ਰਿਜ਼ਰਵੇਸ਼ਨ ਮਿਲਦੀ ਹੈ ਆਰਟੀਕਲ 334 ਦੇ ਤਹਿਤ ਉਹ ਰਾਜਨੀਤਿਕ ਬੰਦਿਆਂ ਦੇ ਖਿਲਾਫ ਕੋਈ ਬੋਲਣਾ ਹੀ ਨਹੀਂ ਚਾਹੁੰਦਾ ਕਿਉਂਕਿ ਜਿਨ੍ਹਾਂ ਨੂੰ ਰਾਜਨੀਤਿਕ ਬੰਦਿਆਂ ਨੂੰ ਸ਼ੈਡਿਊਲ ਕਾਸਟਾਂ ਚ ਰਿਜ਼ਰਵੇਸ਼ਨ ਮਿਲਿਆ ਉਹ ਕਦੇ ਸ਼ੈਡਿਊਲ ਕਾਸਟਾਂ ਦੀ ਵਿਚਾਰੇ ਗੱਲ ਹੀ ਨਹੀਂ ਕਰਦੇ ਤਾਂ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਪਾਰਲੀਮੈਂਟ ਚ ਅਮੈਂਡਮੈਂਟ ਕਰਦੇ ਨੇ ਜਾਂ ਵਿਧਾਨ ਸਭਾ ਵਿੱਚ ਅਮੈਂਡਮੈਂਟ ਕਰਦੇ ਨੇ ਕਿਉਂਕਿ ਐਜ਼ ਅ ਟੂਲ ਯੂਜ਼ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ ਕਿਉਂਕਿ ਉਹ ਡੰਮੀ ਕਿਸਮ ਦੇ ਬੰਦੇ ਨੇ ਉਹ ਆਪਣੀ ਸਿਰੀ ਸਾਝੀ ਜਿਵੇਂ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਪਿੰਡ ਦੇ ਵਿੱਚ ਕਿਸੇ ਨੂੰ ਸਰਪੰਚ ਬਣਾਉਣਾ ਕਿਸੇ ਜ਼ਮੀਦਾਰ ਦਾ ਜੱਟ ਦਾ ਕੋਈ ਸਿਰੀ ਲੱਭ ਲੈਂਦੇ ਨੇ ਚਾਹੇ ਉਹ ਮੈਨ ਹੈ ਚਾਹੇ ਊਮੈਨ ਹੈ ਉਸ ਨੂੰ ਲਿਆ ਲੈਂਦੇ ਨੇ ਔਰ 5 ਸਾਲ ਮੋਰ ਔਰ ਜਨਾਨੀ ਉਹਨਾਂ ਦੇ ਕੋਲੇ ਪਈ ਰਹਿੰਦੀ ਹੈ ਇਹ ਐਕਚੁਅਲੀ ਚੀਪ ਫਲੇਵਰ ਐਂਡ ਇਟਸ ਸੈਕਸ ਫਰੀ ਹੈ ਪਿੰਡਾਂ ਦੀ ਜਿਹੜੀ ਸਥਿਤੀ ਹੈ ਇਨੋਂ ਦੇਖੋ ਮੈਂ ਬੜਾ ਸਪਸ਼ਟ ਔਰ ਸਿੱਧੇ ਲਫ਼ਜ਼ਾਂ ਚ ਕਹਿਣਾ ਚਾਹੁੰਦਾ ਕਿ ਜਦੋਂ ਤੱਕ ਇਸ ਦੇਸ਼ ਵਿੱਚੋਂ ਵੇਦ ਗ੍ਰੰਥ ਸਿਮਰਤੀਆਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਕੁਝ ਨਹੀਂ ਹੁੰਦਾ। ਕਿਰੋ ਉਹ ਤਾਂ ਪੋਸੀਬਲ ਨਹੀਂ ਹੈ। ਔਰ ਦੂਜੀ ਗੱਲ ਮੈਂ ਇੱਕ ਗੱਲ ਤੋਂ ਇਹਦੇ ਨਾਲ ਕਹਿਣਾ ਕਿ ਗੁਰੂ ਨਾਨਕ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕੈ ਰੀਸ ਜਿੱਥੇ ਨੀਚ ਸਮਾਲਿਐ ਤਿੱਥੇ ਨਦਰ ਤੇਰੀ ਬਖਸ਼ਿਸ਼। ਤੁਸੀਂ ਦੱਸੋ ਕਿ ਉਹਨਾਂ ਨਾਲ ਖੜਦਾ ਕੌਣ ਹੈ? ਅੱਜ ਵੀ ਉਹਨਾਂ ਦੇ ਨਾਲ ਜਾਤੀ ਤੌਰ ਤੇ ਵਿਤਕਰਾ ਹੋ ਰਿਹਾ ਸਮਾਜਿਕ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਉਸੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਜਦੋਂ ਕਿ ਇਦਾਂ ਨਹੀਂ ਖਾਸ ਕਰ ਜਿਸ ਸੂਬੇ ਨੂੰ ਅਸੀਂ ਬਿਲੋਂਗ ਕਰਦੇ ਹਾਂ ਪੰਜਾਬ ਨੂੰ ਪੰਜਾਬ ਦੇ ਵਿੱਚ ਸਿੱਖੀ ਦਾ ਬਹੁਤ ਵੱਡਾ ਬੋਲਬਾਲਾ ਹੈ ਲੇਕਿਨ ਸਿੱਖੀ ਦੇ ਉੱਤੇ ਗਲਬਾ ਜਿਹੜਾ ਉਹ ਜੱਟਵਾਦ ਹੈ ਜੱਟਾਂ ਦਾ ਬੋਲਬਾਲਾ ਹੈ ਜੱਟਵਾ ਜੱਟ ਔਰ ਜੱਟਵਾ 'ਚ ਫਰਕ ਦੋ ਦੋ ਫਰਕ ਬਿਲਕੁਲ ਫਰਕ ਹੈ ਲੇਕਿਨ ਬਹੁਤ ਨੇ ਜਿਹੜੇ ਇਸ ਗੱਲ ਨੂੰ ਮੰਨਦੇ ਨਹੀਂ ਇੰਟਰ ਕਾਸਟ ਮੈਰिजਸ ਹੋਈਆਂ ਨੇ ਉਹਨਾਂ ਨੂੰ ਐਕਸੈਪਟ ਵੀ ਕੀਤਾ ਲੇਕਿਨ ਅਸੀਂ ਇਸ ਗੱਲ ਨੂੰ ਦੇਖਣਾ ਜਦੋਂ ਅਸੀਂ ਸਿੱਖ ਧਰਮ ਨੂੰ ਮੰਨਦੇ ਆ ਸਿੱਖੀ ਦੀ ਗੱਲ ਕਰਦੇ ਆ ਸਿੱਖੀ 'ਚ ਜਾਤ ਪਾਤ ਨਹੀਂ ਹੈ ਸਿੱਖ ਧਰਮ ਜਿਹੜਾ ਸਾਰਿਆਂ ਨੂੰ ਇੱਕ ਬਰਾਬਰਤਾ ਦਿੰਦਾ ਹੈ ਔਰ ਜਿਹੜੀ ਊਚਨੀ 'ਚ ਖਤਮ ਕਰਦਾ ਔਰ ਸਾਨੂੰ ਸਿੱਖ ਧਰਮ ਨੂੰ ਅਸਲ ਵਿੱਚ ਅਸੀਂ ਉਸ ਨੂੰ ਫੋਲੋ ਨਹੀਂ ਕੀਤਾ ਮੰਨਦੇ ਆ ਲੈਕਿਨ ਵਿਵਹਾਰਿਕ ਰੂਪ ਜੀ ਜ਼ਿੰਦਗੀ ਚ ਮੰਨੇ ਆਂਦੇ ਅਸਲ ਚ ਪ੍ਰੋਬਲਮ ਉਹੀ ਹੈ ਕਿ ਉਹਨੂੰ ਮੰਨਣ ਵਾਲੇ ਬਹੁਤ ਨੇ ਉਹਦੀ ਮੰਨਣ ਵਾਲੇ ਹੈ ਨਹੀਂਗੇ ਉਹ ਨੇ ਉਹਨੇ ਜਿਹੜਾ ਦੀ ਉਹ ਕੀ ਅਸਲ ਦੇ ਵਿੱਚ ਕਿਹਾ ਕਹਿੰਦੇ ਸਰ ਇਹ ਤੋਂ ਪਹਿਲਾਂ ਕਿ ਮੈਂ ਸ਼ਰਮਾ ਜੀ ਨੂੰ ਇਸ ਇਸੇਮ ਪੁੱਛਿਆ ਤੁਹਾਨੂੰ ਇਹ ਨਹੀਂ ਜਿਹੜਾ ਜੀ ਲੱਗਦਾ ਹੈ ਕਿ ਜਿਹੜੇ ਜਿਹੜੇ ਵੀ ਲੀਡਰ ਆਏ ਚਾਹੇ ਉਹ ਹੁਣ ਅੱਜ ਬਹੁਜਨ ਸਮਾਜ ਪਾਰਟੀ ਹੈ ਕਿੱਥੇ ਉਹਦਾ ਆਭਾਰ ਪੰਜਾਬ ਦੇ ਵਿੱਚ ਸੀਗਾ ਔਰ ਅੱਜ ਜਿਹੜੀ ਹੈ ਜੀ ਉਹ ਸਿਮਟ ਕੇ ਰਹਿ ਗਈ ਹੈ ਕਿ ਜਿਹੜੇ ਲੀਡਰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੇ ਵੀ ਇਹੀ ਕਰ ਲਿਆ ਕਿ ਇਹਨਾਂ ਨੂੰ ਅਨਪੜ੍ਹ ਰੱਖੋ ਤਾਂ ਕਿ ਸਾਡਾ ਵੋਟ ਬੈਂਕ ਜਿਹੜਾ ਉਹ ਕਾਇਮ ਰਹੇ ਔਰ এডਿਕੇਸ਼ਨ ਇਜ਼ ਦੀ ਓਨਲੀ ਸੋਲਿਊਸ਼ਨ ਮੈਨੂੰ ਇਹ ਲੱਗਦਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਜਿਨ੍ਹਾਂ ਨੇ ਵੀ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਚਾਹੇ ਉਹ ਰਾਮਵਿਲਾਸ ਪਾਸਵਾਨ ਹੁਰੀ ਨੇ ਉਹਨਾਂ ਨੂੰ ਅੱਜ ਕੱਲ ਕਿਹਾ ਜਾਂਦਾ ਕਿ ਉਹ ਮੌਸਮ ਵਿਗਿਆਨੀ ਨੇ ਉਹਨਾਂ ਨੂੰ ਪਤਾ ਕਿ ਅਸੀਂ ਕਿਹੜੇ ਪਾਸੇ ਜਾਣਾ ਉਹੀ ਜਿਹੜੇ ਭੋਜਨ ਸਮਾਜ ਪਾਰਟੀ ਵਾਲੇ ਮਾਇਆਵਤੀ ਹੁਰੀ ਕਰਦੇ ਆ ਕਿ ਕਿੱਥੋਂ ਕਿੰਨਾ ਜਿਹੜਾ ਉਹ ਮਿਲ ਰਿਹਾ ਅਸੀਂ ਕਿੰਨੇ ਜਿਹੜਾ ਦੀ ਲੜਨਾ ਜਾਣ ਬੁੱਝ ਕੇ ਅਨਪੜ ਰੱਖਿਆ ਜਾ ਰਿਹਾ ਨਹੀਂ ਜੋ ਸਾਬ ਸ੍ਰੀ ਕਾਸ਼ੀਨਾਥ ਜੀ ਦੀ ਲਹਿਰ ਸੀ ਉਹ ਸੋਸ਼ਲ ਚੇਂਜ ਦੀ ਲਹਿਰ ਸੀ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਖਤਮ ਹੋ ਗਈ ਉਸ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਕਿਤੇ ਵੀ ਸੋਸ਼ਲ ਚੇਂਜ ਦੀ ਗੱਲ ਨਹੀਂ ਹੋ ਰਹੀ ਕਿਉਂਕਿ ਸਾਬਕਾ ਅਸ਼ੀਰਾਮ ਜੀ ਰਿਜ਼ਰਵੇਸ਼ਨ ਦੇ ਅਗੇਂਸਟ ਸੀਗੇ ਕਹਿੰਦੇ ਸਾਨੂੰ ਰਿਜ਼ਰਵੇਸ਼ਨ ਨਹੀਂ ਚਾਹੀਦਾ ਅਸੀਂ ਵੀ ਕਹਿੰਨੇ ਕਿ ਸਾਨੂੰ ਰਿਜ਼ਰਵੇਸ਼ਨ ਨਹੀਂ ਚਾਹੀਦਾ ਸਾਨੂੰ ਪਹਿਲਾਂ ਬਰਾਬਰਤਾ ਤਾਂ ਦੋ ਰੱਖਮੇ ਕਰਨ ਤੇ ਬਾਅਦ ਵਿੱਚ ਗੱਲ ਕਰ ਲਵਾਂਗੇ ਪਹਿਲਾਂ ਬਰਾਬਰਤਾ ਦੀ ਗੱਲ ਤਾਂ ਕਰੋ ਸਾਨੂੰ ਇਨਸਾਨਤਾ ਮੰਨੋ ਸਾਨੂੰ ਗੈਰ ਬਰਾਬਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਾਤੀ ਦੇ ਦਾਤ ਤੇ ਸਾਡੇ ਨਾਲ ਅਨਿਆਏ ਅਤਿਆਚਾਰ ਤੱਕਾ ਹੋ ਰਿਹਾ ਉਸ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿ ਇਹ ਅਸੀਂ ਉਹ ਚਾਹੁੰਦੇ ਹਾਂ ਕਿ ਜੋ ਸਾਡੀ ਪੀੜਾ ਹੈ ਉਹ ਸਾਡੀ ਪੀੜਾ ਨੂੰ ਸਮਝਿਆ ਜਾਏ ਕਿਉਂਕਿ ਅਸੀਂ ਉਸ ਪੀੜਾ ਦੇ ਸ਼ਿਕਾਰ ਲੋਕਾਂ ਜਿਸ ਸਮਾਜ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਕਿਉਂਕਿ ਅਗਰ ਹੁਣ ਰੀਸੈਂਟ ਸਰਕਾਰ ਨੇ 10% ਦਾ ਜਨਰਲ ਕੈਟਾਗਰੀ ਨੂੰ ਰਾਖਮਾ ਕਰਨ ਦਿੱਤਾ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਲੇਕਿਨ ਇਸ ਦੇ ਉੱਤੇ ਪਰਚੋਲ ਕਰਨਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੂੰ ਪਿਛਲੇ 70 ਸਾਲਾਂ ਦੀ ਸਰਕਾਰ ਇਹ ਕਰਦੇ ਕਿ ਉਹ 50% ਤੋਂ 10% ਘਟਾ ਦਿਓ ਤੇ ਇੱਧਰ ਕਰ ਦਿਓ ਫਿਰ ਤੁਸੀਂ ਮੰਨ ਲੋਗੇ ਨਹੀਂ ਉਹਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਕਿੱਥੋਂ ਕੀ ਕਰਨਾ ਕਿਉਂਕਿ ਦੇਖੋ ਇਸ ਦੇਸ਼ ਦੇ ਵਿੱਚ ਸਾਡੇ ਜੋ ਸੈਂਟਰ ਗਵਰਨਮੈਂਟ ਦੀ ਪਾਲਿਸੀਜ਼ ਨੇ ਕਿ ਉਹਦੇ ਵਿੱਚ ਸਾਡੇ 22% ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬ ਨੂੰ ਰਾਖਵਾ ਕਰਨ ਦਿੱਤਾ ਗਿਆ 27% रिजर्वेशन जेडी है वो उन बैकवर्ड क्लासेस नु दीती गई है और 10% ਹੁਣ ਕਿਉਂਕਿ 49 ਪਲਸ ਉਸ ਤੋਂ ਬਾਅਦ ਹੋ ਹੀ ਨਹੀਂ ਸਕਦਾ ਕਿ ਜੋ ਸੁਪਰੀਮ ਕੋਰਟ ਦੀ ਰੂਲਿੰਗ ਹੈ ਲੇਕਿਨ ਸਰਕਾਰ ਜੋ ਪਾਰਲੀਮੈਂਟ ਹੈ ਸਰਬਉੱਚ ਹੈ ਤੋ ਅਮੈਂਡ ਕਰ ਸਕਦੀ ਹੈ ਕਿ ਪਾਰਲੀਮੈਂਟ ਦੇ ਮੂਰੇ ਆਪਣਾ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਉਹ ਕੋਈ ਮੈਟਰ ਨਹੀਂ ਕਰੇਗਾ ਕਿਉਂਕਿ ਸੁਪਰੀਮ ਜਗ ਹੋ ਜਾਊਗਾ ਹਾਂ ਹੋ ਜਾਏਗਾ ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਇਕਜੁੱਟ ਨੇ ਕਿ 10% ਦਾ ਜਿਹੜਾ ਰਾਖਵਾ ਕਰਨਾ ਹੈ ਉਹ ਜਨਰਲ ਕੈਟਾਗਰੀ ਨੂੰ ਮਿਲਣਾ ਚਾਹੀਦਾ ਹੈ ਕਿ ਜੋ ਆਰਥਿਕ ਤੌਰ ਤੇ ਪਠੜੇ ਨੇ ਔਰ ਉਹਨਾਂ ਵਿੱਚ ਇੱਕ ਇਨਕਮ ਟੈਕਸ ਦਾ ਸਲੇਬ ਵੀ ਰੱਖ ਕਿ ਜਿਹੜੇ 10 ਲੱਖ ਤੋਂ ਨੀਚੇ ਵਾਲੇ ਨੇ ਇਹ ਉਹਦਾ ਸੁਵਿਧਾ ਲੈ ਸਕਦੇ ਨੇ ਤੁਹਾਨੂੰ ਵਿੱਚ ਇੱਕ ਗੱਲ ਬੜੀ ਹੈਰਾਨੀਜਨਕ ਹੈ ਕਿ ਜਿਹੜੀ ਸ਼ੈਡਿਊਲ ਕਾਸਟਾ ਨੂੰ ਸੁਵਿਧਾ ਮਿਲਦੀ ਹੈ ਉਹ 2.5 ਲੱਖ ਰੁਪਏ ਤੱਕ ਮਿਲਦੀ ਹੈ ਔਰ ਜਨਰਲ ਕੈਟਾਗਰੀ ਨੂੰ ਜਿਹੜਾ ਸਮਾ ਆਪਣਾ ਨੌਕਰੀਆਂ ਦੇ ਵਿੱਚ ਔਰ এডਿਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਜੋ ਰਿਜ਼ਰਵੇਸ਼ਨ ਮਿਲਣਾ ਉਹ 8 ਲੱਖ ਰੁਪਏ ਤੋਂ ਘੱਟ ਵਾਲੇ ਨੂੰ ਮਿਲਣਾ ਹੂੰ ਤੇ ਜਦੋਂ ਕਿ ਸ਼ੈਡਿਊਲ ਕਾਸਟ ਨੂੰ ਜੋ ਪੋਸਟ میٹرਿਕ ਸਕਾਲਰਸ਼ਿਪ ਹੈ ਉਹਦਾ ਬੈਨੀਫਿਟ ਸਿਰਫ 2.5 ਲੱਖ ਰੁਪਏ ਵਾਲੇ ਨੂੰ ਮਿਲਣਾ ਚਾਹੀਦਾ ਕਿ ਇਹਨਾਂ ਦੀ ਵੀ ਜਿਹੜੀ ਇਨਕਮ ਟੈਕਸ ਦੀ ਸਲੈਬ ਹੈ ਉਹਨੂੰ ਇਨਕਰੀਜ਼ ਕਰਨਾ ਚਾਹੀਦਾ ਹੈ ਲੇਕਿਨ ਈਗਲ ਪਾਰਲੀਮੈਂਟ ਦੇ ਸ਼ੈਡਿਊਲ ਕਾਸਟ ਦੇ ਬੰਦੇ ਕਦੇ ਨਹੀਂ ਬੋਲੇ ਨਹੀਂ ਕਰਨ ਨਹੀਂ ਕਰਨਗੇ ਜੀ ਬਹੁਤ ਬਹੁਤ ਵਧੀਆ ਰੜਾ ਦਿਓ ਪੁਆਇੰਟ ਤੁਸੀਂ ਉਠਾਇਆ ਸ਼ਰਮਾ ਜੀ ਐਕਚੁਅਲੀ ਜਿਹੜੀਆਂ ਇਹ ਚੀਜ਼ਾਂ ਉੱਭਰਦੀ ਜਿਹੜੀ ਉਹ ਕਿੱਥੋਂ ਆ ਕਿ ਅੱਜ ਵੀ ਧਾਰਮਿਕ ਸਥਾਨਾਂ ਦੀ ਗੱਲ ਜਿਹੜੀ ਉਹ ਉਹਨਾਂ ਨੇ ਪਹਿਲਾਂ ਵੀ ਕੈਨ ਸਾਹਿਬ ਨੇ ਵਧੀਆ ਰੜੀ ਉਠਾਈ ਸੀ ਅੱਜ ਵੀ ਕਾਸਟ ਦੇ ਨਾਂ ਦਿੱਤੇ ਗੁਰਦੁਆਰੇ ਨੇ ਅਕਸਰ ਇਹ ਚਰਚਾ ਚੱਲਦਾ ਕਿ ਮੰਦਰਾਂ ਦੇ ਵਿੱਚ ਜਿਹੜਾ ਦੀ ਉਹ ਨਹੀਂ ਵੜਨ ਦਿੱਤਾ ਜਾਂਦਾ ਕਾਸਟਿਜ਼ਮ ਜਿਹੜਾ ਦੀ ਉਹ ਕਰਕੇ ਸ਼ਬਰੀ ਮਾਲਾ ਦਾ ਚਲੋ ਉਹ ਔਰਤਾਂ ਦੇ ਨਾਲ ਜੁੜਿਆ ਹੋਇਆ ਉੱਥੇ ਕਾਸਟ ਵਾਲੀ ਗੱਲ ਤਾਂ ਨਹੀਂ ਕੋਈ ਹੈਗੀ ਪਰ ਹੈ ਰਾਜਨੀਤੀ ਆ ਉਹ ਵੀ ਕਿਤੇ ਨਾ ਕਿਤੇ ਉਭਾਰ ਨਹੀਂ ਦਿੰਦੀ ਇਹਨਾਂ ਚੀਜ਼ਾਂ ਨੂੰ ਮੈਂ ਉਸ 이슈 ਤੇ ਵੀ ਅੰਦਰ ਥੋੜੀ ਜਿਹੜੀ ਰਿజర్ਵਸ਼ਨ 이슈 ਤੇ ਇਹ ਗੱਲ ਕੀਤੀ ਕੈਂਸਰ ਸਾਹਿਬ ਨੇ ਉਹਨੂੰ ਮੈਂ ਥੋੜਾ ਜਿਹਾ ਐਕਸਪਲੇਨ ਕਰਦੇ ਆ ਥੋੜੇ ਜਿਹਾ ਇੱਕ ਤਾਂ ਇਹ ਕਿ ਪ੍ਰੈਜ਼ੀਡੈਂਟ ਸਾਹਿਬ ਨੇ ਰਾਤੀ ਇਸ ਬਿਲ ਤੇ ਦਸਤਖਤ ਕਰਤੇ ਨੇ ਕਿ ਇਸ ਕਰਕੇ ਕਾਨੂੰਨ ਬਣ ਗਿਆ ਹੁਣ ਕਿ ਵੀ ਹੁਣ ਰਿਜ਼ਰਵੇਸ਼ਨ 10% ਦਿੱਤੀ ਜਾਏਗੀ ਹੂੰ ਇੱਕ ਇਹ ਵੀ ਇੱਕ ਪੋਲੀਟੀਕਲ ਸਿਸਟਮ ਹੈ ਸਾਡਾ ਕਿ ਜਿਵੇਂ ਅਸੀਂ ਈਵਨ ਕੱਲ ਪਰਸੋਂ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿਉਂਕਿ ਅਸੀਂ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਹਾਂ ਇੱਕ ਆਰਗੇਨਾਈਜ਼ ਬਣਾਈ ਹੈ ਤੇ ਇਸ ਕਰਕੇ ਸਾਨੂੰ ਵੈਲਕਮ ਵੀ ਕੀਤਾ ਕਿ ਇੱਕ ਨੇ ਸਟਾਰਟ ਕੀਤੀ ਹੈ ਸਰਕਾਰ ਨੇ ਕਿ 10% ਜਿਹੜਾ ਰਿਜ਼ਰਵੇਸ਼ਨ ਦਿੱਤਾ ਆਪਣਾ ਆਰਥਿਕ ਦਰ ਤੇ ਲੇਕਿਨ ਜਿਹੜੀ ਇਹਨਾਂ ਨੇ 2.5 ਲੱਖ ਵਾਲੀ ਗੱਲ ਕੀਤੀ ਹੈ ਉਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਇੱਕ ਤਾਂ ਇਹਨੇ 10 ਲੱਖ ਦੀ ਲਿਮਿਟ ਨਹੀਂ ਰੱਖੀ ਅਜੇ 8 ਲੱਖ ਦੀ ਲਿਮਿਟ ਰੱਖੀ ਹੈ ਸਰਕਾਰ ਨੇ ਲੇਕਿਨ ਦੂਜੇ ਪਾਸੇ ਦੇਖੋ ਕਿੰਨੇ ਹੈ ਰੈਜ਼ਰਵੇਸ਼ਨ ਦੇ ਕਹਿੰਦਾ ਵੀ ਕਹਿ ਰਹੇ ਕਿ ਅਸੀਂ ਤਾਂ ਚਾਹੁੰਦੇ ਕਿ ਸਾਡੀ ਬਰਾਬਰਤਾ ਪਹਿਲਾਂ ਲੈ ਕੇ ਆਓ ਸਾਡੇ ਸਮਾਜ ਨੂੰ ਤੁਸੀਂ ਇਨਸਾਨ ਹੀ ਨਹੀਂ ਸਮਝਦੇ ਉਹ ਮੈਂ ਇਹਨਾਂ ਦਾ ਬਿਲਕੁਲ ਕਿ ਪਹਿਲਾਂ ਬਰਾਬਰਤਾ ਲਿਆਓ ਜਿੱਥੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਭਾਵੇਂ ਗੁਰਦੁਆਰਿਆਂ 'ਚ ਹੋ ਰਹੀ ਭਾਵੇਂ ਮੰਦਰਾਂ 'ਚ ਹੋ ਰਹੀ ਜਾਂ ਪਿੰਡਾਂ 'ਚ ਹੋ ਰਹੀ ਹੈ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰ ਇਹ ਕੋਈ ਸਬਦਾਵਲੀ ਗਲਤੀ ਆ ਕੋਈ ਐਸੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੇ ਗਰੀਬ ਨੇ ਉੱਪਰ ਉਠਣੇ ਚਾਹੀਦੇ ਨੇ ਇਸ ਗੱਲ 'ਤੇ ਮੈਂ ਬਿਲਕੁਲ ਸਪੋਰਟ ਕਰਦਾ ਹਾਂ ਕਿ ਜਿਹੜੇ ਪਿੰਡਾਂ 'ਚ ਨਹੀਂ ਲੋਕੀ ਆ ਗਰੀਬ ਨੇ ਜਿਹੜੇ ਜਿਨਾਂ ਨੂੰ ਬੈਨੀਫਿਟ ਰਿਜ਼ਰਵੇਸ਼ਨ ਦਾ ਹੋਇਆ ਨਹੀਂ ਤੁਸੀਂ ਉਹਨਾਂ ਨੂੰ ਅਪ ਲਿਫਟ ਕਰੋ ਲੇਕਿਨ ਬਦਕਿਸਮਦੀ ਕੀ ਹੈ ਕਿ ਜਨਰਲ ਕੈਟਾਗਰੀ ਦੇ ਵਿੱਚ ਤਾਂ ਚਲੋ 8 ਲੱਖ ਦੀ ਲਿਮਟ ਰੱਖਤੀ ਹੈ ਬੈਕਵਰਡ ਕਲਾਸਿਸ ਤੇ OBC ਵਾਸਤੇ ਵੀ 8 ਲੱਖ ਦੀ ਲਿਮਟ ਰੱਖਤੀ ਹੈ ਲੇਕਿਨ ਸ਼ਡਿਊਲ ਕਾਸਟ ਤੇ ਸ਼ਡਿਊਲ ਟ్రਾਈ ਵਾਸਤੇ ਕੋਈ ਲਿਮਟ ਹੀ ਨਹੀਂ ਹੈਗੀ ਅਨਲਿमिटेड ਜਿੰਨਾ ਮਰਜੀ ਬੰਦਾ ਵੱਡਾ ਹੋ ਚੱਲਿਆ ਜਾਵੇ ਜਿੱਥੇ ਮਰਜੀ ਪਹੁੰਚ ਜਾਵੇ ਉਹ ਰਿਜ਼ਰਵੇਸ਼ਨ ਦਾ ਬੇਨਿਫਿਟ ਲਏਗਾ ਟਾਪ ਪੋਸਟ ਹੋਵੇ ચીਫ ਨੀਅਰ ਬਣੇ ਸੁਪਰਟੈਂਡਿੰਗ ਨੀਅਰ ਬਣੇ ਆਈਐਸ ਬਣੇ ਅੱਛਾ ਜਿਹੜੀ ਕਈ ਵਾਰੀ ਇੱਕ ਗੱਲ ਹੋਰ ਇਹਨਾਂ ਨੇ ਕੀਤੀ ਸ਼ਰੈਸ਼ ਕੀਤੀ ਸੀ ਕਿ ਜਿਵੇਂ ਵੈਲਫੇਅਰ ਡਿਪਾਰਟਮੈਂਟ ਦੀ ਇਹਨਾਂ ਖਾਸ ਕਰਕੇ ਕੀਤੀ ਹੈ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਇਹ ਗੱਲ ਸੁਣ ਕੇ ਕਿ ਇਹ ਕਿਉਂ ਸਰਕਾਰਾਂ ਨੇ ਬਣਾਇਆ ਹੋਇਆ ਹੈ ਕਿ ਵੈਲਫੇਅਰ ਡਿਪਾਰਟਮੈਂਟ ਹਮੇਸ਼ਾ ਰਿਜ਼ਰਵ ਦੇ ਅਫਸਰ ਨੂੰ ਮੰਤਰੀ ਨੂੰ ਹੀ ਮਿਲੇ ਹੂੰ ਸਾਡੇ ਵੀ ਮੈਂ ਦੇਖ ਰਿਹਾ ਪੰਜਾਬ ਸਰਕਾਰ ਸੈਕਟਰੀਏਟ ਵੀ ਚਾਹੀ ਰਿਟਾਇਰਡ ਹੈ ਜੇ ਜੁਆਇੰਟ ਸੈਕਟਰੀ ਫਰੋਂ ਪੰਜਾਬ ਸਰਕਾਰ ਸੈਕਟਰੀਏਟ ਮੈਨੂੰ ਇਸ ਚੀਜ਼ ਦਾ ਪਤਾ ਉੱਥੇ ਨਿਚੋਂ ਲੈ ਕੇ ਉੱਪਰ ਤੱਕ ਸਿਰਫ ਰਿਜ਼ਰਵ ਕੈਟਾਗਰੀ ਦੇ ਅਫੀਸਰ ਲਾਏ ਹੋਏ ਨੇ ਸਾਰਾ ਢਾਂਚਾ ਹੀ ਜਿਹੜਾ ਉਹ ਲੈ ਆ ਅਸੀਂ ਅਸੀਂ ਇਹ ਕਿ ਹੈ ਕਿ ਯਾਰ ਸਿਰਫ ਰਿਜ਼ਰਵੇਸ਼ਨ ইস্যੂ ਨੂੰ ਲੈ ਕੇ ਸਾਰੀ ਪਾਲਿਸੀ ਬਣਾਈ ਜਾਂਦੇ ਨੇ ਜਿਹੜੇ ਗਰੀਬ ਤੱਕ ਤੱਕ ਪਿੰਡਾਂ 'ਚ ਬੈਠਿਆ ਉਹਨਾਂ ਦਾ ਹੱਲ ਕੱਢੋ ਤੁਸੀਂ ਇਹਨਾਂ ਨੂੰ ਕਿਉਂ ਜੇ ਤੁਸੀਂ ਕਟਕਟ ਮੰਤਰੀ ਰਿਜ਼ਰਵ ਲਾਉਂਦੇ ਹੋ ਸੈਕਟਰੀ ਜਨਰਲ ਦਾ ਲਾ ਦਿਓ ਜਾਂ ਦੂਜਾ ਲਾ ਦਿਓ ਪਰ ਇਹ ਪ੍ਰੋਬਲਮ ਕੀ ਹੈ ਪੋਲੀਟੀਕਲ ਇਹ ਹੈ ਕਿ ਜੇ ਕੈਪਟਨ ਸਾਹਿਬ ਉੱਥੇ ਜਨਨ ਦਾ ਮੰਤਰੀ ਲਾ ਦੇਣ ਇੱਕ ਇਹ ਇਸ਼ੂ ਬਣ ਜੇਗੀ ਕਿ ਕੈਪਟਨ ਸਾਹਿਬ ਐਨੇ ਐਂਟੀ ਸ਼ਡਿਊਲ ਕਾਸਟ ਹੋ ਗਏ ਹਨ ਕਿ ਦੇਖੋ ਸਾਡੇ ਕੋਲ ਤਾਂ ਮਤਭਾਈ ਖੋ ਲਿਆ ਪੋਲੀਟਿਕ ਵੋਟ ਬੈਂਕ ਦੀ ਨਹੀਂ ਹੈ ਫਾਇਦਾ ਨਹੀਂ ਕੋਈ ਲੋਕਾਂ ਦੀ ਵੈਲਫੇਅਰ ਕੋਈ ਨਹੀਂ ਚਾਹੁੰਦਾ ਹੈਗਾ ਬਿਲਕੁਲ ਨਹੀਂ ਚਾਹੁੰਦਾ ਹੈਗਾ ਅਸਲ ਸਮੱਸਿਆ ਰੈਡੀ ਦੀ ਉਹ ਇੱਥੇ ਹੀ ਜਿਹੜੀ ਉਹ ਖੜੀ ਆ ਦੋਨੋਂ ਮਹਿਮਾਨ ਸਾਡੇ ਨਾਲ ਮੌਜੂਦ ਨੇ ਮੈਂ ਜਿਵੇਂ ਕਿਹਾ ਕਿ ਉਹ ਇੰਟੈਲੈਕਚੁਅਲ ਜਿਹੜੀ ਕੈਟਾਗਰੀ ਆ ਉਹਨੂੰ ਦੋਨੋਂ ਰਿਪਰੈਜ਼ੈਂਟ ਕਰਦੇ ਨੇ ਕੋਈ ਨਾ ਕੋਈ ਹੱਲ ਵੀ ਇਹਨਾਂ ਦੇ ਸਾਹਮਣੇ ਜਿਹੜਾ ਉਹ ਹੋਊਗਾ ਇਹਨਾਂ ਦੇ ਕੋਲੇ ਤੇ ਕੀ ਹੋ ਸਕਦਾ ਆ ਜਾਂ ਇਹਦੇ ਪ੍ਰਭਾਵ ਜਿਹੜੇ ਆ ਜੀ ਉਹ ਕਿੰਨੇ ਖਤਰਨਾਕ ਨਿਕਲਣਗੇ ਮੈਨੂੰ ਇਹ ਲੱਗਦਾ ਹੈ ਕਿ ਮੁਲਕ ਜਿਹੜਾ ਉਹ ਅੱਗ ਦੇ ਨਾਲ ਖੇਡਣ ਦੀ ਤਿਆਰੀ ਜੜੀ ਦੀ ਉਹ ਕਰ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਲਾਸਟ ਸੈਗਮੈਂਟ ਦੇ ਵਿੱਚ ਕੁਝ ਹੱਲ ਦੋਨਾਂ ਮਹਿਮਾਨਾਂ ਤੋਂ ਪੁੱਛਾਂਗੇ ਸਵਾਗਤ ਆ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ 10% ਰਾਖਵਾਕਰਨ ਉੱਚ ਜਾਤਾਂ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ ਇਹਦੀ ਕੀ ਜਿਹੜੀ ਜ਼ਰੂਰਤ ਪਈ ਇਹ ਤੁਸੀਂ ਦੋਨਾਂ ਮਹਿਮਾਨਾਂ ਤੋਂ ਵਿਸਥਾਰ ਦੇ ਨਾਲ ਜਿਹੜਾ ਜੀ ਉਹ ਸੁਣਿਆ ਅ ਮੈਂ ਕੈਂਤ ਸਾਹਿਬ ਤੋਂ ਸਟਾਰਟ ਜਿਹੜੀ ਦੀ ਉਹ ਕਰਨੀ ਚਾਹੁੰਦਾ ਇਹਨਾਂ ਲੱਗੇ ਕਿ ਮਤਲਬ ਕਿ ਤੁਸੀਂ ਤਾਂ ਨਹੀਂ ਉਹ ਕੈਟਾਗਰੀ ਵਾਲੀ ਗੱਲ ਕਰ ਰਹੇ ਕਿ ਨੂੰ ਪੈਸਾ ਪੁੱਛ ਰਹੇ ਮੈਂ ਤਾਂ ਕਰਕੇ ਕਹਿ ਕਿ ਦੋਨੋਂ ਜਿਹੜੇ ਇੰਟੈਲੈਕਚੁਅਲ ਜਿਹੜੀ ਕੈਟਾਗਰੀ ਆ ਉਹਨੂੰ ਉਹ ਰਿਪਰੈਜ਼ੈਂਟ ਇਸ ਵੜੇ ਕਰ ਰਹੇ ਨੇ ਕਹਿੰਦਾ ਸਰ ਕੋਈ ਇਲਾਜ ਹੈ ਇਹ ਜਿਹੜਾ ਰਾਖਵਾ ਕਰਨ ਦਾ ਇਹ ਕਿੱਥੇ ਇੱਕ ਜਾ ਕੇ ਰੁਕੂਗਾ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਇਹ ਵੰਡੀਆਂ ਹੋਰ ਵਧਣਗੀਆਂ ਦੇਖੋ ਜਿਹੜੀ ਪੋਲੀਟੀਕਲ ਬੰਦਿਆਂ ਦੀ ਸੱਤਾ ਦੀ ਲਾਲਸਾ ਹੈ ਉਹ ਲਾਲਸਾ ਕਿਸ ਲੈਵਲ ਤੱਕ ਲੱਗ ਜਾਏਗੀ ਕਿਸੇ ਨੂੰ ਕੁਝ ਨਹੀਂ ਪਤਾ ਲੇਕਿਨ ਸਮਾਜਿਕ ਤੌਰ ਤੇ ਸਾਨੂੰ ਸਾਰਿਆਂ ਨੂੰ ਐਫਰਟਸ ਕਰਨਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਇੱਕ ਐਡਾ ਵੱਡਾ ਮਹਾਨ ਗ੍ਰੰਥ ਹੈ ਅਗਰ ਅਸੀਂ ਉਸ ਦੇ ਉੱਤੇ ਅਮਲ ਕਰ ਲਈਏ ਤਾਂ ਸ਼ਾਇਦ ਇਹਨਾਂ ਚੀਜ਼ਾਂ ਦੀ ਫਿਰ ਲੋੜ ਨਹੀਂ ਪਵੇਗੀ ਅਸੀਂ ਉਹਦੀ ਮੰਨਣ ਲੱਗ ਜਾਈਏ ਹਾਂ ਉਹਨੂੰ ਵਿਵਹਾਰਿਕ ਰੂਪ ਚ ਮੰਨਣ ਲੱਗ ਜਾਈਏ ਤਾਂ ਮੈਂ ਸਮਝਦਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਬਿਲਕੁਲ ਅਸੀਂ ਉਸ ਨੂੰ ਸਮਾਜਿਕ ਤੌਰ ਤੇ ਵੀ ਦੇਖ ਸਕਦੇ ਹਾਂ ਰਾਜਨੀਤਿਕ ਤੌਰ ਤੇ ਵੀ ਦੇਖ ਸਕਦੇ ਹਾਂ ਧਾਰਮਿਕ ਤੌਰ ਤੇ ਵੀ ਦੇਖ ਸਕਦੇ ਹਾਂ ਗੱਲ ਮੰਨਣ ਦੀ ਹੈ ਅਸੀਂ ਵਿਵਹਾਰਿਕ ਰੂਪ ਚ ਮੰਨੀਏ ਤਾਂ ਮੈਂ ਸਮਝਦਾ ਹਰ ਚੀਜ਼ ਦਾ ਹੱਲ ਹੈ ਔਰ ਹੱਲ ਨਿਕਲੇਗਾ ਗੁਰੂ ਗ੍ਰੰਥ ਸਾਹਿਬ ਹੀ ਸਭ ਤੋਂ ਵੱਡੀ ਸਾਡੇ ਕੋਲ ਇੱਕ ਤੁਹਾਨੂੰ ਲੱਗਦਾ ਪੋਲੀਟੀਕਲ ਪਾਰਟੀਆਂ ਹੱਲ ਨਿਕਲ ਦੇਣਗੀਆਂ ਪੋਲੀਟੀਕਲ ਪਾਰਟੀਆਂ ਤਾਂ ਮੌਕਾ ਬਰਸ ਨੇ ਅਰੋ ਹਲ ਆਪਣੇ ਸਵਾਰਥ ਲਈ ਕਿਸੇ ਨੂੰ ਵੀ ਕਦੇ ਵੀ ਕਿਤੇ ਵੀ ਸੇਲ ਕੀਤਾ ਜਾ ਸਕਦਾ ਹੈ ਤਾਂ ਕਿਸੇ ਦੇ ਪਾਰ ਦੇ ਲੋਕ ਜਿਹੜੇ ਵੀ ਉਹ ਚੁੱਪ ਕਰਕੇ ਸਾਈਡ ਤੇ ਹੋਗੇ ਉਹ ਲੋਕਾਂ ਸਾਈਡ ਤੇ ਹੋ ਰਹੇ ਨੇ ਜਿਹੜੇ ਸਿਆਣੇ ਬੰਦੇ ਨੇ ਸੋਚਦੇ ਕਿ ਪੋਲੀਟੀਕਲ ਬੰਦੇ ਨੂੰ ਅਗਰ ਕੋਈ ਕਿਸੇ ਨੂੰ ਆਫਰ ਕਰਦਾ ਉਹ ਕਹਿੰਦਾ ਦੋ ਗਾਲਾਂ ਕੱਢ ਲੈ ਮੈਨੂੰ ਰਾਜਨੀਤੀ ਕੋ ਲਾਈਨ ਚ ਨਾਮ ਲੈ ਕੇ ਜਾ ਕਿਉਂਕਿ ਹਾਲਾਤ ਐਸੇ ਬਣਾ ਦਿੱਤੇ ਨੇ ਪੋਲੀਟਿਸ਼ਨਾ ਨੇ ਆਪਣੇ ਸਵਾਰਥ ਲਈ ਆਪਣੇ ਪਰਿਵਾਰ ਲਈ ਬਣਾਏ ਨੇ ਆਪਣੇ ਚੰਦ ਲੋਕਾਂ ਲਈ ਬਣਾਏ ਨੇ ਸਰਮਾ ਜੀ ਤੁਹਾਡੀ ਨਿਗਾਹ ਦੇ ਵਿੱਚ ਬਹੁਤ ਸ਼ਾਰਟ ਜੀ ਕੋਈ ਹੱਲ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਦੀ ਹੋਰ ਪਾੜਾ ਵਧਾਊਗਾ ਜਿਵੇਂ ਕੈਂਸਰ ਸਾਹਿਬ ਨੇ ਹੁਣ ਲਾਸਟ ਦੱਸਿਆ ਮੈਂ ਕੈਂਸਰ ਸਾਹਿਬ ਨਾਲ ਬਿਲਕੁਲ ਇਸ ਗਲਤੀ ਸਹਿਮਤ ਹਾਂ ਅਰੇ ਇਹਨਾਂ ਗੱਲਾਂ ਦਾ ਹੱਲ ਲੱਭਿਆ ਜਾ ਸਕਦਾ ਹੈ ਹਰ ਜਿਵੇਂ ਮਾਜੇ ਨੇ ਉਹਨੂੰ ਸੁਣਿਆ ਮੈਂ ਤਾਂ ਚਾਹੁੰਦਾ ਕਿ ਆਓ ਆਪਾਂ ਰਲ ਮਿਲ ਕੇ ਕਿਉਂਕਿ ਇਹ ਵੀ ਚਾਹੁੰਦੇ ਨੇ ਕਿ ਜਿਹੜੇ ਲੋਕੀ ਦਬੇ ਕੁਚਲੇ ਨੇ ਜਿਨ੍ਹਾਂ ਨੂੰ ਬੈਨੀਫਿਟ ਨਹੀਂ ਮਿਲਿਆ ਇਹ ਰਿਜ਼ਰਵੇਸ਼ਨ ਦੇ ਹੰਮੀ ਇਹ ਵੀ ਨਹੀਂ ਹੈਗੇ ਇਹ ਕਹਿੰਦੇ ਉਹਨਾਂ ਨੂੰ ਦਿਓ ਉਹਨਾਂ ਨੂੰ ਉੱਪਰ ਉਠਾਓ ਤੇ ਮੈਂ ਵੀ ਇਹ ਚਾਹੁੰਦਾ ਕਿ ਆਪਾਂ ਜਿਹੜਾ ਲੋਕਾਂ ਨੂੰ ਚਾਹੀਦੀ ਹੈ ਰਜਰਵੇਸ਼ਨ ਉਹਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੂੰ ਨਹੀਂ ਚਾਹੀਦੀ ਉਹਨਾਂ ਕੋਲ ਇਮੀਡੀਏਟਲੀ ਸਰਕਾਰ ਖੋਵੇ ਔਰ ਕਾਸਟ ਲੈਸ ਸੁਸਾਇਟੀ ਕ੍ਰੀਏਟ ਕਰਨ ਵਾਸਤੇ ਇਸ ਨੂੰ ਬੰਦ ਕਰੇ ਇਹਦੀ ਕੋਈ ਲੋੜ ਨਹੀਂ ਹੈ ਕਿ ਜਿਹਨੂੰ ਸੁਸਾਇਟੀ ਤੁਸੀ ਕਾਸਟ ਲੈਸ ਸੁਸਾਇਟੀ ਕ੍ਰੀਏਟ ਕਰੋ ਸੁਸਾਇਟੀ ਤਾਂ ਸਭ ਦੀ ਹੈ ਸਭ ਦੀ ਚਾਹੇ ਇਵਨ ਇਹ ਪੋਲੀਟੀਕਲੀ ਇਹਦੇ ਵਿੱਚ ਇਸ਼ੂ ਕੱਢ ਸਕਦੇ ਆ ਸਰਕਾਰ ਅਦਰਭਾਈ ਮੈਂ ਹੁਣੇ ਪੜ੍ਹ ਕੇ ਆਇਆ ਜਿਹੜਾ ਜਿਹੜਾ ਬਿੱਲ ਬਣਿਆ ਜਿਹੜਾ ਪਾਸ ਹੋਇਆ ਇਹ ਸਿਰਫ ਇਹ ਹੋਇਆ ਕਿ ਜਿਹੜੀ ਕੈਟਾਗਰੀਜ਼ ਨੂੰ ਹੁਣ ਤੱਕ ਰਿਜ਼ਰਵੇਸ਼ਨ ਨਹੀਂ ਮਿਲੀ ਅਨ ਰਿਜ਼ਰਵ ਕਲਾਸ ਨੂੰ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਹੁਣੇ ਤਾਂ ਪੋਲਿਟਿਕਲ ਲੋਕ ਪਾਣਗੇ ਕਿ ਸਵਰਨਾ ਨੂੰ ਦਿੱਤੀ ਬ੍ਰਾਹਮਣਾਂ ਨੂੰ ਦਿੱਤੀ ਉਸ ਨੂੰ ਦਿੱਤੀ ਅਦਰਭਾਈ ਜੇ ਗਵਰਨਮੈਂਟ ਸਰਕੂਲਰ ਇਸ਼ੂ ਕਰੇ ਸਿਰਫ ਇਹ ਕਰੇ ਕਿ ਜਿਨ੍ਹਾਂ ਗਰੀਬਾਂ ਨੂੰ ਹੁਣ ਤੱਕ ਰਿਜ਼ਰਵੇਸ਼ਨ ਦਾ ਬੈਨੀਫਿਟ ਨਹੀਂ ਮਿਲਿਆ ਸੀ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਬੈਨੀਫਿਟ ਦੇ ਦਿੱਤਾ ਸਰਮਾ ਜੀ ਮੈਂ ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਇਹ ਜਿਹੜੀ ਵੀ ਆਪਾਂ ਗੱਲਬਾਤ ਜਿਹੜੀ ਕੀਤੀ ਉਹਦੇ ਵਿੱਚ ਕਿਸੇ ਨੂੰ ਲੈਕ ਡਾਊਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਮੈਂ ਜਿਵੇਂ ਕਹਿਆ ਕਿ ਇੰਟੈਲੈਕਚੁਅਲ ਵਰਗ ਨੂੰ ਤੁਸੀਂ ਦੋਨੋਂ ਜਿਹੜੇ ਉਹ ਰਿਪਰੈਜ਼ੈਂਟ ਕਰਦੇ ਹੋ ਮੁਲਕ ਨੂੰ ਤੁਹਾਡੇ ਵਰਗੇ ਲੋਕਾਂ ਦੀ ਬਹੁਤ ਜਿਹੜੀ ਉਹ ਜ਼ਰੂਰਤ ਆ ਇਸ ਵੇਲੇ ਜਿਹੜੇ ਕਿ ਅੱਗ ਬੁਝਾਉਣ ਦੇ ਯਤਨਾਂ ਦੇ ਵਿੱਚ ਨੇ ਕਮ ਸੇ ਕਮ ਅੱਗ ਦੇ ਉੱਤੇ ਘੋ ਨਹੀਂ ਪਾਰੇ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਬਹੁਤ ਮਿਹਰਬਾਨੀ ਜੀ ਔਰ ਏਸੀ ਜੀ ਅੱਜ ਦੀ ਸਾਡੀ ਗੱਲਬਾਤ ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਨੂੰ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਲਓਗੇ ਔਰ ਚਾਹੇ ਉਹ ਕਹਿੰਦ ਸਾਹਿਬ ਨੇ ਚਾਹੇ ਸ਼ਰਮਾ ਜੀ ਨੇ ਇਹੋ ਦੇ ਲੋਕ ਜਿੰਨੀ ਦੇਰ ਤੱਕ ਜਿਹੜੇ ਜਿਹੜਾ ਵੀ ਕੋਈ ਇਹੋ ਜੀ ਕੋਸ਼ਿਸ਼ ਕਰ ਰਿਹਾ ਉਹਦੀ ਪਿੱਠ ਜ਼ਰੂਰ ਕਮਸੇ ਕਮ ਤੁਸੀਂ ਜਿਹੜਾ ਦੀ ਉਥਾ ਪੜੋਗੇ ਕਿਉਂਕਿ ਇਹ ਅੱਗ ਲਾਉਣ ਵਾਲੇ ਨਹੀਂ ਇਹ ਅੱਗ ਬੁਝਾਉਣ ਵਾਲੇ ਨੇ ਪ੍ਰੋਗਰਾਮ ਵੇਖਣ ਤੇ ਸੁਣਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਹੋਊਗੀ ਇੱਕ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਜਾਸਦੇ ਹੋ ਜੀ ਧੰਨਵਾਦ ਸੱਤਰੀ ਇਕਾ